ਉਹ ਤੋਂ ਲੈ ਕਰਕੇ ਅੱਜ ਤੱਕ ਜਿਹੜਾ ਹੈਗਾ ਵਾ ਕਿ ਵੀ ਲੋਕਾਂ ਦੀ ਜਿਹੜੀ ਪਹਿਲੀ ਚੋਇਸ ਆ ਉਹ ਬਣ ਚੁੱਕਾ ਹੈ ਕੈਨੇਡਾ। ਤੁਸੀਂ ਕਿਸੇ ਪੰਜਾਬੀ ਨੂੰ ਪੁੱਛ ਲਓ ਉਹ ਕਹੇਗਾ ਕਿੱਥੇ ਜਾਣਾ ਜੀ, ਕੈਨੇਡਾ ਜਾਣਾ। ਪੰਜਾਬ ਦੇ ਜੋ ਲੋਕ, ਪੰਜਾਬ ਦੇ ਲੋਕ ਵੱਡੀ ਗੱਲ ਕਹਿ ਰਹੇ ਤੁਸੀਂ, ਪੰਜਾਬ ਦੇ ਆਪਣੇ ਹੀ ਲੋਕ ਪੰਜਾਬ 'ਚ ਸੇਫ ਫੀਲ ਨਹੀਂ ਕਰਦੇ, ਆਪਣੇ ਬੱਚਿਆਂ ਲਈ ਸੇਫਟੀ ਮਹਿਸੂਸ ਨਹੀਂ ਕਰਦੇ, ਉਹ ਬਾਹਰ ਭੇਜਣਾ ਚਾਹੁੰਦੇ ਨੇ। 21 ਸਾਲ ਉਮਰ ਹੈ ਜਾਂ 22 ਸਾਲ ਉਮਰ ਹੈ, 50,000 ਰੁਪਇਆ ਮਹੀਨਾ ਕਮਾਉਣਾ ਸ਼ੁਰੂ ਹੋ ਗਿਆ, ਚੰਗੀ ਨੌਕਰੀ ਲੱਗ ਗਈ, ਕਦੀ ਬੇਵਕੂਫੀ ਕਰੇਗਾ ਜੇ ਬਾਹਰ ਜਾਏਗਾ? 25-30 ਸਾਲ ਦੀ ਬ੍ਰੈਕਟ ਹੈ, 1.5-2 ਲੱਖ ਰੁਪਇਆ ਕਮਾਉਂਦਾ ਪਿਆ, ਜੇ ਬਾਹਰ ਜਾਣ ਦੀ ਗੱਲ ਕਰਦਾ ਤਾਂ ਬੇਵਕੂਫੀ ਹੈ ਬਹੁਤ ਵੱਡੀ। ਭੱਟੀ ਸਾਹਿਬ, ਤੁਸੀਂ ਇੰਨੀ ਵੱਡੀ ਇਮੀਗ੍ਰੇਸ਼ਨ ਕੰਪਨੀ ਚਲਾਉਂਦੇ ਹੋ, ਏਸੀਐਸ ਗਲੋਬਲ ਬੜਾ ਨਾਮ ਹੈ ਤੁਹਾਡੇ ਵੀ, ਜੇ ਜਿਹੜੀ ਹੋਲਡਿੰਗ ਸੀ ਤੁਸੀਂ ਗੱਲ ਕਰ ਰਹੇ ਹੋ, ਤੁਹਾਡੇ ਹੋਲਡਿੰਗ ਵੀ ਨਜ਼ਰ ਆਉਂਦੇ, ਤੁਹਾਡੇ ਬੱਸ ਅੱਡੇ ਹੋਏ, ਪਰ ਤੁਸੀਂ ਇਸ ਟਾਈਮ 'ਤੇ ਇਹ ਕਹਿ ਰਹੇ ਹੋ ਕਿ ਬਾਹਰ ਨਾ ਜਾਣ, ਦੁਨੀਆ 'ਚ ਉਹਨਾਂ ਦੇ ਦੇਸ਼ 'ਚ ਜਾ ਰਹੇ ਨੇ ਜੋ ਉਹਨਾਂ ਦਾ ਇਤਿਹਾਸ ਵੀ ਰਿਹਾ, ਕੈਨੇਡੀਅਨ ਗੌਰਮੈਂਟ ਦਾ ਇਸ ਵੇਲੇ ਪੋਲਿਸੀਸ ਕੀ ਚੱਲ ਰਹੀਆਂ ਨੇ? ਉਹਦਾ ਬੜਾ ਮੇਜਰ ਰੀਜ਼ਨ ਹੈ ਏਜੰਟ ਕੋਲ ਜਾਣ ਦਾ ਕਿ ਯਾਰ ਮੇਰੇ ਮਨ ਦਾ ਇੱਕ ਡਰ ਹੈ ਕਿ ਮੇਰਾ ਕਿਤੇ ਵੀਜ਼ਾ ਰਿਫਿਊਜ਼ ਨਾ ਹੋ ਜੇ। ਨੀਡ ਇਹ ਹੈ ਕਿ ਵੀ ਸਟੂਡੈਂਟ ਵੀਜ਼ਾ ਲੈਣ ਆ ਰਿਹਾ, ਐਡਮਿਸ਼ਨ ਲੈਣ ਆ ਰਿਹਾ, ਉਹਦੇ ਕੋਲ ਪਹਿਲੇ ਕੋਈ ਪੈਸਾ ਨਹੀਂ ਲਿੱਤਾ ਜਾਣਾ ਚਾਹੀਦਾ। ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ 'ਤੇ। ਗਰਮੀ ਬਹੁਤ ਹੈ ਬਾਹਰ, ਜੂਨ ਜੁਲਾਈ ਦਾ ਮੌਸਮ ਹੈ, ਇਸ ਮੌਸਮ 'ਚ ਪੰਜਾਬ 'ਚ ਇੱਕ ਨਵੀਂ ਤਸਵੀਰ ਹਰ ਸਾਲ ਨਜ਼ਰ ਆਉਂਦੀ ਹੈ, ਉਹ ਤਸਵੀਰ ਹੈ ਇਮੀਗ੍ਰੇਸ਼ਨ ਦੀ। ਪੰਜਾਬ ਦੀ ਯੂਥ ਜਿਹੜੀ ਹੈ ਜ਼ਿਆਦਾਤਰ ਬਾਹਰ ਵੱਲ ਰੁੱਖ ਕਰਦੀ ਹੈ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹੋ ਜਿਹੇ ਦੇਸ਼ਾਂ ਵੱਲ ਰੁੱਖ ਹੁੰਦਾ ਹੈ। ਲਗਾਤਾਰ ਸਿਆਸਤ ਵੀ ਹੁੰਦੀ ਹੈ ਇਸ ਚਰਚਾ 'ਤੇ, ਇੱਕ ਦੂਜੇ 'ਤੇ ਆਰੋਪ ਲਗਾਏ ਜਾਂਦੇ ਨੇ ਕਿ ਕਿਉਂ ਪੰਜਾਬ ਦਾ ਯੂਥ ਬਾਹਰ ਜਾਂਦਾ ਹੈ, ਕਿਉਂ ਬਾਹਰ ਪੜ੍ਹਨ ਜਾ ਰਿਹਾ, ਬਾਹਰ ਕੰਮ ਕਿਉਂ ਕਰਨ ਜਾ ਰਿਹਾ, ਪੰਜਾਬ 'ਚ ਕੰਮ ਨਹੀਂ ਹੈ, ਸਾਡੇ ਦੇਸ਼ 'ਚ ਕੰਮ ਨਹੀਂ ਹੈ, ਇੱਕ ਚਰਚਾ ਦਾ ਵਿਸ਼ਾ ਹੈ। ਇਸੇ ਵਿਸ਼ੇ 'ਤੇ ਅਸੀਂ ਅੱਜ ਪੂਰੀ ਚਰਚਾ ਕਰਾਂਗੇ। ਇਮੀਗ੍ਰੇਸ਼ਨ ਦੇ ਇੱਕ ਵੱਡੇ ਖਿਲਾੜੀ ਨੇ, ਵੱਡਾ ਨਾਮ ਹੈ, ਗੁਰਿੰਦਰ ਭੱਟੀ ਜੀ। ਭੱਟੀ ਸਾਹਿਬ, ਤੁਹਾਡਾ ਸਵਾਗਤ ਹੈ ਦੈਨਿਕ ਸਵੇਰਾ 'ਤੇ। ਜਿੱਦਾਂ ਮੈਂ ਗੱਲ ਕੀਤੀ ਕਿ ਮੌਸਮ ਆ ਗਿਆ, ਗਰਮੀਆਂ ਦਾ ਮੌਸਮ ਹੈ, ਗਰਮੀਆਂ ਦੇ ਮੌਸਮ 'ਚ ਅਸੀਂ ਦੇਖਦੇ ਹਾਂ ਕਿ ਜਿਹੜਾ ਪੰਜਾਬ ਅੰਮ੍ਰਿਤਸਰ ਦਿੱਲੀ ਹਾਈਵੇ ਹੈ, ਉੱਤੇ ਵੱਡੀ ਵੱਡੀ ਟੈਕਸੀਆਂ, ਵੱਡੇ ਵੱਡੇ ਬਰੀਫ ਕੇਸ ਨਜ਼ਰ ਆਉਂਦੇ ਨੇ, ਇੱਕ ਕਹਾਵਤ ਹੀ ਬਣ ਗਈ ਹੈ ਕਿ ਨਜ਼ਰ ਆਉਂਦੀਆਂ ਗੱਡੀਆਂ ਏਅਰਪੋਰਟ ਵੱਲ ਜਾਂਦੀਆਂ, ਕਿਉਂਕਿ ਪੰਜਾਬ ਤੋਂ ਜਿਹੜੀ ਯੂਥ ਹੈ ਪੰਜਾਬ ਦੀ ਉਹਦਾ ਰੁੱਖ ਵਿਦੇਸ਼ਾਂ 'ਚ ਹੋ ਜਾਂਦਾ। ਮੇਰਾ ਪਹਿਲਾ ਸਵਾਲ ਇਹੀ ਹੈ ਕਿ ਕਿਉਂ ਬੜੇ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਇਹ ਜੋ ਸਿਆਸਤਦਾਨ ਨੇ ਉਹ ਆਰੋਪ ਲਗਾਉਂਦੇ ਨੇ ਕਿ ਪੰਜਾਬ 'ਚ ਕੰਮ ਨਹੀਂ ਹੈ, ਕਿਉਂ ਬਾਹਰ ਜਾ ਰਿਹਾ ਯੂਥ ਸਾਡਾ? ਨਹੀਂ, ਸਿਆਸਤਦਾਨ ਕਦੀ ਵੀ ਇਹ ਆਰੋਪ ਨਹੀਂ ਲਾਉਂਦੇ ਕਿ ਵੀ ਪੰਜਾਬ ਦੇ ਵਿੱਚ ਕੰਮ ਨਹੀਂ ਹੈ। ਸਿਆਸਤਦਾਨਾਂ ਦਾ ਕੰਮ ਹੀ ਇਹ ਹੈ ਕਿ ਵੀ ਉਹ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਅਨਇੰਪਲੋਇਮੈਂਟ ਨੂੰ ਇੰਪਲੋਇਮੈਂਟ ਦੇ ਵਿੱਚ ਤਬਦੀਲ ਕਰਨ। ਕਿਸੇ ਵੀ ਤੁਸੀਂ ਚੋਣ ਮੈਨੀਫੈਸਟੋ ਵੀ ਕੱਢ ਕੇ ਦੇਖ ਲਓ, ਉਹਦੇ ਵਿੱਚ ਵੀ ਇਹੀ ਹੁੰਦਾ ਕਿ ਵੀ ਅਸੀਂ ਇੰਨੇ ਲੱਖ ਨੌਕਰੀਆਂ ਦੇਵਾਂਗੇ, ਚਾਹੇ ਉਹ ਕੋਈ ਵੀ ਸਰਕਾਰਾਂ ਦੀਆਂ, ਸੈਂਟਰ ਦੀ ਸਰਕਾਰਾਂ ਦੀਆਂ, ਸੂਬੇ ਦੀਆਂ ਆਉਂਦੀਆਂ। ਸੋ ਸਰਕਾਰਾਂ ਵੱਲੋਂ ਤਾਂ ਇੰਪਲੋਇਮੈਂਟ ਦਿੱਤੀ ਜਾਂਦੀ ਹੈ, ਕਦੀ ਵੀ ਇਹ ਨਹੀਂ ਕਿਹਾ ਜਾਂਦਾ ਕਿ ਵੀ ਸਾਡੇ ਕੋਈ ਵੀ ਸਰਕਾਰ ਇਹ ਨਹੀਂ ਕਹੇਗੀ ਸਾਡੇ ਸੂਬੇ ਦੇ ਵਿੱਚ ਅਨਇੰਪਲੋਇਮੈਂਟ ਹੈ। ਮੇਜਰ ਇਹ ਕਿ ਵੀ ਜਿਹੜਾ ਬਾਹਰ ਦਾ ਰੁੱਖ ਹੈ ਉਹ ਡੇ ਬਾਈ ਡੇ ਜਿਹੜਾ ਵਾ ਉਹ ਕਰੇਜ਼ ਵੱਧਦਾ ਜਾ ਰਿਹਾ। ਕੋਈ ਸਮਾਂ ਹੈਗਾ ਸੀਗਾ ਕਿ ਵੀ ਜੇਕਰ ਮੈਂ ਬੈਕ ਇਨ 1980s ਦੀ ਗੱਲ ਕਰ ਲਾਂ, ਆਪਣੇ ਦੁਆਬੇ ਦੇ ਵਿੱਚ ਕਦੀ ਪਾਣੀ ਦੇ ਲੈਵਲ ਨੂੰ ਲੈ ਕਰਕੇ ਸਾਡੇ ਪਿੰਡਾਂ ਦੇ ਵਿੱਚੋਂ ਲੋਕ ਬਾਹਰ ਗਏ ਸੀਗੇ। ਕੋਈ ਟਾਈਮ ਸੀਗਾ ਜਦੋਂ ਅੱਤਵਾਦ ਦੇ ਟਾਈਮ ਦੇ ਉੱਤੇ ਲੋਕ ਬਾਹਰ ਗਏ ਸੀਗੇ। ਫਿਰ ਉਹਦੇ ਬਾਅਦ 'ਚ ਜ਼ਰੂਰਤਾਂ, ਹਰ ਕਿਸੇ ਦੀਆਂ ਡਿਫਰੈਂਟ ਡਿਫਰੈਂਟ ਜ਼ਰੂਰਤਾਂ, ਡਿਫਰੈਂਟ ਡਿਫਰੈਂਟ ਹਾਲਾਤ ਆਉਂਦੇ ਗਏ, ਲੋਕ ਬਾਹਰ ਨੂੰ ਰੁੱਖ ਕਰਦੇ ਗਏ। 2001-2003 ਦਾ ਸਮਾਂ ਮੈਨੂੰ ਯਾਦ ਹੈ ਜਦੋਂ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਕਰਕੇ ਇੱਕ ਸਕੀਮ ਚਾਲੂ ਕੀਤੀ ਗਈ ਸੀ ਯੂਕੇ ਸਰਕਾਰ ਵੱਲੋਂ। ਉਸ ਜ਼ਮਾਨੇ ਦੇ ਵਿੱਚ ਵਲੈਤ ਮਤਲਬ ਯੂਕੇ, ਯੂਕੇ ਮਤਲਬ ਵਲੈਤ, ਠੀਕ ਹੈ। ਕੈਨੇਡਾ, ਆਸਟ੍ਰੇਲੀਆ, ਇਹ ਸਾਰਿਆਂ ਦੇ ਵਿੱਚ ਜਿਹੜਾ ਵਾ ਬਹੁਤ ਲੇਟਰ ਸਟੇਜਿਸ ਦੇ ਉੱਤੇ ਲੋਕ ਜਾਂਦੇ ਸੀ, ਜਾਣੇ ਸ਼ੁਰੂ ਹੋਏ ਨੇ। 2004 ਆਨਵਰਡਸ ਆਸਟ੍ਰੇਲੀਆ ਨੇ ਕੁੱਕਰੀ, ਤੁਹਾਡਾ ਬਿਊਟੀ ਦੇ ਕੋਰਸਿਸ, ਹੋਸਪਿਟੈਲਿਟੀ, ਇਹਦੇ ਵਾਸਤੇ ਬਹੁਤ ਸਾਰੇ ਆਪਣੇ ਪੰਜਾਬੀਆਂ ਨੂੰ ਸੱਦਾ ਦਿੱਤਾ ਸੀਗਾ, ਲੋਕ ਉੱਥੇ ਗਏ ਸੀਗੇ। 2009 ਵਾਸ ਦਾ ਟਾਈਮ, 6 April 2009 ਦਾ ਸਮਾਂ ਸੀ ਜਦੋਂ ਯੂਕੇ ਨੇ ਫਿਰ ਦੁਬਾਰਾ ਪੁਆਇੰਟ ਬੇਸ ਸਿਸਟਮ ਸ਼ੁਰੂ ਕੀਤਾ, 40 ਪੁਆਇੰਟ ਪੂਰੇ ਕਰ ਦਿਓ ਅਤੇ ਆ ਜਾਓ। ਉਸੇ ਦਿਨਾਂ ਦੇ ਵਿੱਚ ਕੈਨੇਡਾ ਦਾ SPP ਪ੍ਰੋਗਰਾਮ ਸ਼ੁਰੂ ਹੋਇਆ ਸੀ, ਜਿਹਨੂੰ ਰਿਵਾਈਜ਼ ਕੀਤਾ ਗਿਆ 2012 'ਚ। ਉਹ ਤੋਂ ਲੈ ਕਰਕੇ ਅੱਜ ਤੱਕ ਜਿਹੜਾ ਹੈਗਾ ਵਾ ਕਿ ਵੀ ਲੋਕਾਂ ਦੀ ਜਿਹੜੀ ਪਹਿਲੀ ਚੋਇਸ ਆ ਉਹ ਬਣ ਚੁੱਕਾ ਹੈ ਕੈਨੇਡਾ। ਤੁਸੀਂ ਕਿਸੇ ਪੰਜਾਬੀ ਨੂੰ ਪੁੱਛ ਲਓ ਉਹ ਕਹੇਗਾ ਕਿੱਥੇ ਜਾਣਾ ਜੀ, ਕੈਨੇਡਾ ਜਾਣਾ। ਮੈਂ, ਮੇਰੀ ਫਸਟ ਪ੍ਰੈਫਰੈਂਸ ਕੈਨੇਡਾ, ਜੇ ਕੈਨੇਡਾ ਦਾ ਕੰਮ ਨਹੀਂ ਬਣਦਾ ਕਨੇਡਾ, ਕਿਉਂਕਿ ਕੈਨੇਡਾ ਦਾ ਕੰਮ ਨਹੀਂ ਬਣਦਾ ਫਿਰ ਉਹ ਕਿਸੇ ਦੂਸਰੇ ਬੰਨੇ ਜਾਂਦੇ ਹੈਗੇ। ਹੁਣ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਵੀ ਕੰਟਰੀ ਦੇ ਵਿੱਚ ਇਮੀਗ੍ਰੈਂਟ ਕੰਟਰੀ ਜਿਹੜੀ ਉਹ ਕੰਟਰੀ ਹੈ ਕੈਨੇਡਾ, ਉਹ ਇਮੀਗ੍ਰੈਂਟਸ ਵੱਲੋਂ ਵਸਾਈ ਗਈ ਹੈ। ਇਮੀਗ੍ਰੈਂਟਸ ਨੂੰ ਬਹੁਤ ਜ਼ਿਆਦਾ ਜਿਹੜਾ ਵਾ ਕਹਿ ਲਓ ਕਿ ਵੀ ਰਿਸਪੈਕਟਡ ਨਜ਼ਰਾਂ ਦੇ ਨਾਲ ਦੇਖਿਆ ਜਾਂਦਾ। ਸੋ ਜਿਸ ਕਰਕੇ ਹਰ ਕੋਈ ਜਿਹੜਾ ਬੰਦਾ ਵਾ, ਜਿਹੜੀ ਯੂਥ ਹੈ, ਉਹ ਬਾਹਰ ਨੂੰ ਜਿਹੜਾ ਹੈਗਾ ਵਾ ਰੁੱਖ ਕਰਦੀ ਪਈ ਹੈ। ਹਾਈਵੇਜ਼ ਦੀ ਤੁਸੀਂ ਗੱਲ ਕੀਤੀ, ਹਾਈਵੇ ਦੇ ਉੱਤੇ ਟੈਕਸਿਸ ਦੇ ਨਾਲ ਨਾਲ ਤੁਸੀਂ ਹੋਡਿੰਗਸ ਦੇਖ ਲਓ, ਅਰਬਨ ਏਜੰਸੀ ਹੋਡਿੰਗ ਹੈ। ਮੈਂ ਐਰਕੀ ਜਦੋਂ ਲਾਸਟ ਮੰਥ ਬਾਹਰੋਂ ਆਇਆ ਸੀ, ਮੈਂ ਆ ਕਰਕੇ ਨੋਟਿਸ ਕੀਤੀ ਇਹ ਚੀਜ਼, ਜਾਂ ਆਇਲ ਸੈਂਟਰ ਆਇਲਸ ਕਰਾਉਣ ਵਾਲੇ ਹੋਡਿੰਗਸ ਤੁਹਾਨੂੰ ਨਜ਼ਰ ਆਉਣਗੇ, ਜਾਂ ਬਾਹਰ ਭੇਜਣ ਵਾਲੇ। ਸੋ ਇਹ ਦੋ ਮੈਕਸੀਮਮ ਆ। ਪਹਿਲੇ ਇਹ ਜਿਹੜੀ ਤੁਸੀਂ ਹੋਡਿੰਗਸ ਦੀ ਗੱਲ ਕਰ ਰਹੇ ਹੋ, ਬਾਹਰ ਆਪਾਂ ਵੀ ਪੜ੍ਹਦੇ ਹਾਂ ਬਾਹਰ ਭੇਜੋ, ਬੜਾ ਬਾਹਰ ਭੇਜਣਾ, ਅਖਬਾਰਾਂ 'ਚ ਫੁੱਲ ਫੁੱਲ ਪੇਜ ਦੀ ਐਡ ਆਉਂਦੀ ਹੈ ਰੋਜ਼, ਬਾਹਰ ਭੇਜਣਾ ਬਹੁਤ ਸੌਖਾ ਹੈ?
ਬਹੁਤ ਸੌਖਾ ਇੱਦਾਂ ਨਾ ਕਿ ਵੀ ਚਲੋ ਇਹਨੂੰ ਆਪਾਂ ਡਿਟੇਲ ਦੇ ਵਿੱਚ ਗੱਲ ਕਰ ਲੈਂਦੇ ਹਾਂ। ਮੈਂ ਇੱਕ ਪਿੰਡ ਦੇ ਵਿੱਚ ਬੈਠਾ ਸੀਗਾ ਆਪਣੇ ਰਿਸ਼ਤੇਦਾਰੀ ਦੇ ਵਿੱਚ ਐਂਡ ਗੱਲ ਪੁੱਛੀ ਮੈਂ ਕਿ ਜੀ ਇਹ ਹਰ ਕੋਈ ਬੰਦਾ, ਇਹ ਅੱਜ ਦੀ ਗੱਲ ਨਹੀਂ ਮੈਂ ਦੱਸਣ ਲੱਗਾ, 2012 ਦੀ ਗੱਲ ਹੈ ਕਿ ਮਤਲਬ 7 ਪੁਰਾਣੀ ਗੱਲ ਦੱਸ ਰਿਹਾ ਕਿ ਵੀ ਉਹ ਅੱਜ ਵੀ ਜੇਕਰ ਦੇਖ ਲਓ ਤਾਂ ਅੱਜ ਵੀ ਰੀਜ਼ਨ ਹੋਈ ਹੈ, ਬਟ ਉਹਦੇ ਨਾਲ ਨਾਲ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਦੇ ਵਿੱਚ ਵੀ ਉਹੀ ਰੁਝਾਨ ਹੋ ਗਏ ਨੇ ਕਿ ਵੀ ਬਾਹਰ ਜਾਣ ਦੀ ਜੇਕਰ ਗੱਲ ਕਰਦੇ ਹਾਂ। ਪਿੰਡਾਂ ਦੇ ਵਿੱਚ ਮੈਂ ਬੈਠੇ ਸੀ ਆਪਣੇ ਰਿਸ਼ਤੇਦਾਰੀ, ਮੈਂ ਕਿਹਾ ਅੰਕਲ ਯਾਰ ਇਹ ਵੱਡਾ ਮੁੰਡਾ ਤੁਹਾਡਾ UK ਸੈਟਲਡ ਹੈ, ਠੀਕ ਹੈ, ਹੁਣ ਛੋਟਾ ਹੈ, 30-40 ਏਕੜ ਪਹਿਲੀ ਹੈਗੀ ਹੈ, ਮਤਲਬ ਇਹਨੂੰ ਵਾਹਨ ਦੇ ਵਿੱਚ ਲਾਓ, ਤੁਸੀਂ ਇਹਨੂੰ ਬਾਹਰ ਭੇਜਣ ਦੇ ਕਿਹੜੇ ਕੰਮਾਂ 'ਚ ਪਏ ਹੋ ਜੇ? ਉਹ ਕਹਿੰਦੇ ਯਾਰ ਤੇਰੀ ਗੱਲ ਬਿਲਕੁਲ ਠੀਕ ਹੈ, ਹੁਣ ਬਾਰਵੀਂ ਕਰ ਲਈ ਹੈ, ਬੜੀ ਲੌਜੀਕਲ ਚੀਜ਼ ਹੈ। ਕਹਿੰਦੇ ਉਹਨੇ ਬਾਰਵੀਂ ਕਰ ਲਈ, ਬਾਰਵੀਂ ਤੋਂ ਬਾਅਦ ਹੁਣ ਮੈਨੂੰ ਹੈਗਾ ਕਿ ਭਾਈ ਇਹਨੂੰ ਮੈਂ ਸ਼ਹਿਰ ਜਲੰਧਰ ਭੇਜਾਂ, ਜਲੰਧਰ ਭੇਜ ਕਰਕੇ ਇਹਨੂੰ ਮੈਂ ਡਿਗਰੀ ਕਰਾਵਾਂ। 3 ਦਾ ਸਮਾਂ ਕਿ ਜਦੋਂ ਮੇਰਾ ਮਨ ਇਹ ਧੜਕੂ ਲੱਗਾ ਰਹੇਗਾ ਕਿ ਇਹ ਕਿਤੇ ਗਲਤ ਸੋਸਾਇਟੀ 'ਚ ਨਾ ਪੈ ਜੇ, ਕਿਤੇ ਲੜਾਈ ਝਗੜਾ ਨਾ ਕੋਈ ਕਰੇ, ਕਿਸੇ ਕੁੜੀ ਦੇ ਚੱਕਰ ਦੇ ਵਿੱਚ ਨਾ ਪੈ ਜੇ ਜਾਂ ਡਰੱਗਸ ਦੇ ਵਿੱਚ ਨਾ ਪੈ ਜੇ, ਇਹ 4 ਮੇਰੇ ਅਹਿਮ ਜਿਹੜੇ ਗਏ ਡਰ ਮੈਨੂੰ ਸਤਾਉਂਦੇ ਜਾਣਗੇ। ਮੇਰੀ ਕਿਸਮਤ ਚੰਗੀ ਹੋਈ ਤੇ ਭਾਈ ਮੇਰਾ ਜਿਹੜਾ ਬੱਚਾ ਲੈ ਕੇ ਨਿਕਲੇਗਾ, ਮੇਰਾ ਬੱਚਾ ਜਿਹੜਾ ਹੈਗਾ ਵਾ ਕਿ ਵੀ ਗਾਂ ਗਲਤ ਸੋਸਾਇਟੀ ਨਹੀਂ ਪਏਗਾ। ਕਹਿੰਦੇ ਫਿਰ ਅੱਜ ਤੋਂ 3 ਬਾਅਦ ਗੱਲ ਕਰ ਲੈ, ਇਹਨੇ ਡਿਗਰੀ ਕਰ ਲਈ, 3 ਜੇ ਇਹਨੇ ਉੱਥੇ ਸ਼ਹਿਰ ਦੇ ਵਿੱਚ ਰਿਹਾ, ਨਾਲ ਦੇ ਨਾਲ ਇਹ ਮੇਰੇ ਬਾਂਹ ਦੇ ਕੇ ਰੱਖੇਗਾ ਕਿ ਜੀ ਮੈਨੂੰ ਜਿਹੜਾ ਹੈਗਾ ਵਾ ਕਿ ਵੀ ਗੱਡੀ ਵੀ ਲੈ ਕੇ ਦੇ, ਉਹ 10-12 ਲੱਖ ਤੋਂ ਘੱਟ ਕੋਈ ਗੱਡੀ ਆਉਂਦੀ, ਉਹ ਇਹਨੂੰ ਗੱਡੀ ਵੀ ਲੈ ਕੇ ਦੇਵਾਂਗਾ। ਉਹਦੇ ਬਾਅਦ ਜਦੋਂ ਡਿਗਰੀ ਕੰਪਲੀਟ ਕਰ ਲਏਗਾ, ਡਿਗਰੀ ਕੰਪਲੀਟ ਕਰਨ ਤੋਂ ਬਾਅਦ ਮੈਨੂੰ ਇਹਨੇ ਕਹਿਣਾ ਮੈਨੂੰ ਕੰਮ ਕਰਾ ਕੇ ਦੇ, ਹੁਣ ਮੈਂ ਸ਼ਹਿਰ ਪਿੰਡ ਵਾਪਸ ਨਹੀਂ ਆਉਣਾ, ਕਿਉਂਕਿ 3 ਸ਼ਹਿਰ ਚਲਾਉਣ ਤੋਂ ਬਾਅਦ ਇਹ ਪਿੰਡ ਆ ਕੇ ਵਾਹੀ ਨਹੀਂ ਕਰੇਗਾ, ਇਹ ਕਦੀ ਕਦੀ ਗੇੜਾ ਮਾਰਨ ਆਇਆ ਕਰੇਗਾ ਪਿੰਡ, ਹਫ਼ਤੇ ਦੇ ਹਫ਼ਤੇ, ਸੈਟਰਡੇ ਸੰਡੇ ਜਿੱਦਾਂ ਚੰਡੀਗੜ੍ਹ ਵਾਲੇ ਆਉਂਦੇ ਆ। ਕਹਿੰਦੇ ਕਿ ਜੇਕਰ ਇਹਨੂੰ ਮੈਂ ਉਦੋਂ ਕਾਰੋਬਾਰ ਕਰਾ ਕੇ ਦੇਵਾਂਗਾ ਤਾਂ ਕੀ ਗਰੰਟੀ ਹੈ 3 ਅੱਜ ਤੋਂ ਡਿਗਰੀ, ਉਹਦੇ ਬਾਅਦ ਚੋਂ ਅੱਗੇ ਜਿਹੜੇ ਪੈਸੇ ਲਵਾ ਕੇ ਦਿੱਤੇ ਕਾਰੋਬਾਰ ਦੇ ਵਿੱਚ, ਉਹਦੇ ਅੱਗੋਂ 3 ਬਾਅਦ ਇਹ ਕਾਰੋਬਾਰ ਆਪਣਾ ਬੰਦ ਨਹੀਂ ਕਰਵਾ ਕੇ ਬਹਿ ਜਾਏਗਾ ਅਤੇ ਫਿਰ ਮੇਰੇ ਕੋਲ ਅੱਜ ਮੈਂ ਉੱਥੇ ਉਸ ਟਾਈਮ 'ਤੇ ਅੱਜ ਤੋਂ 7 ਬਾਅਦ ਉੱਥੇ ਹੀ ਖੜਾਵਾਂਗਾ ਜਿੱਥੇ ਅੱਜ ਹੈ। ਦੂਜਾ ਕਹਿੰਦੇ ਮੇਰੇ ਕੋਲ ਰਸਤਾ ਮੈਂ 15-20 ਲੱਖ ਰੁਪਇਆ ਲਾਵਾਂ, ਬਾਹਰ ਭੇਜਦਾ, ਮੈਨੂੰ ਇੰਨੀ ਚੀਜ਼ ਦਾ ਸਕੂਨ ਹੋਏਗਾ ਕਿ ਇਹ ਕਿਸੇ ਗਲਤ ਸੁਸਾਇਟੀ ਨਹੀਂ ਪਏਗਾ, ਇਹ ਕਿਸੇ ਨਸ਼ਿਆਂ 'ਚ ਨਹੀਂ ਪਏਗਾ, ਇਹ ਕਿਸੇ ਲੜਾਈ ਝਗੜਿਆਂ 'ਚ ਨਹੀਂ ਪਏਗਾ। ਮੈਂ ਕਿਹਾ ਜੀ ਉਹ ਕਿਉਂ, ਇਹ ਗਰੰਟੀ ਤੁਸੀਂ ਕਿੱਦਾਂ ਦਿੰਦੇ ਹੋ? ਕਹਿੰਦੇ ਯਾਰ ਇੱਥੇ ਨਾ ਇਹ ਸਾਡੇ ਬੱਚਿਆਂ ਨੂੰ, ਸਾਡੇ ਕੀ ਪੰਜਾਬ ਦੇ ਵਿੱਚ ਬੱਚਿਆਂ ਨੂੰ ਆਪਣੇ ਮਾਂ ਪਿਓ ਦੀ ਛਾਂ ਦਾ ਬੜਾ ਜ਼ਿਆਦਾ ਗਰੂਰ ਹੁੰਦਾ ਹੈ ਕਿ ਭਾਈ ਜੇਕਰ ਉਹਨੇ ਕੋਈ ਗਲਤ ਕੰਮ 'ਚ ਫੜਿਆ ਵੀ ਗਿਆ ਨਾ, ਉਹ ਕਹਿੰਦਾ ਡੈਡੀ ਮੇਰਾ ਕਸੂਰ ਹੈ ਨਹੀਂ। ਉਹ ਇਹ ਐਕਸਪੈਕਟ ਕਰਦਾ ਬੱਚਾ ਕਿ ਵੀ ਮਾਂ ਪਿਓ ਮੇਰੇ ਪਿੱਛੇ ਥਾਣੇ ਪੈਰਵਾਈ ਕਰਨ ਆਉਣਗੇ, ਔਰ ਜੇ ਪੈਰਵਾਈ ਨਹੀਂ ਕਰਨ ਆਉਣਗੇ ਤਾਂ ਕਹਿਣਗੇ ਜੀ ਮੇਰੇ ਮਾਂ ਪਿਓ ਗਲਤ ਹੈ, ਅਤੇ ਮਾਂ ਪਿਓ ਨੂੰ ਫਸੀ ਦੇ ਵਿੱਚ ਜਾਣਾ ਪੈਂਦਾ ਬੱਚਿਆਂ ਦੀ ਪੈਰਵਾਈ ਕਰਨ ਵਾਸਤੇ। ਬਾਹਰ ਦੇ ਦੇਸ਼ਾਂ 'ਚ ਉਹ ਪਤਾ ਨਾ ਮਾਂ ਪਿਓ ਨੇੜੇ ਅਤੇ ਨਾ ਕੋਈ ਪੈਰਵਾਈ ਕਰਨ ਆਊਗਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਵਾ ਕਿ ਵੀ ਜਿਹੜਾ ਲੋਕਾਂ ਨੂੰ, ਮਤਲਬ ਲੋਕਾਂ ਦੇ ਮਾਈਂਡ ਨੂੰ ਡਿਸਾਈਡ ਕਰ, ਮਤਲਬ ਉਹ ਡਿਸੀਜਨ ਲੈਂਦੇ ਨੇ ਪਿੰਡਾਂ ਦੇ ਵਿੱਚ ਕਿ ਭਾਈ ਬੱਚੇ ਨੂੰ 15-20 ਲੱਖ ਰੁਪਈਆ ਸੇਫਟੀ ਮਹਿਸੂਸ ਕਰਦੇ ਨੇ ਕਿ ਵੀ ਪੰਜਾਬ ਦੇ ਜੋ ਲੋਕ, ਪੰਜਾਬ ਦੇ ਲੋਕ, ਵੱਡੀ ਗੱਲ ਕਹਿ ਰਹੇ ਤੁਸੀਂ, ਪੰਜਾਬ ਦੇ ਆਪਣੇ ਹੀ ਲੋਕ ਪੰਜਾਬ 'ਚ ਸੇਫ ਫੀਲ ਨਹੀਂ ਕਰਦੇ, ਆਪਣੇ ਬੱਚਿਆਂ ਲਈ ਸੇਫਟੀ ਮਹਿਸੂਸ ਨਹੀਂ ਕਰਦੇ, ਉਹ ਬਾਹਰ ਭੇਜਣਾ ਚਾਹੁੰਦੇ ਨੇ ਪਿੰਡਾਂ ਦੇ ਵਿੱਚ ਕੰਪੈਰੀਸ਼ਨ ਜਦੋਂ ਕਰਦੇ ਆ, ਕਿਉਂਕਿ ਉਹਨਾਂ ਦੀ ਕੈਲਕੂਲੇਸ਼ਨ ਬਹੁਤ, ਤੁਸੀਂ ਹੁਣ ਕਹਿੰਦੇ ਸ਼ਹਿਰਾਂ 'ਚ ਵੀ ਟ੍ਰੈਂਡ ਆ ਗਿਆ ਇਮੀਗ੍ਰੇਸ਼ਨ ਦਾ, ਬਹੁਤ ਸਟੂਡੈਂਟਸ ਜਾ ਰਹੇ ਨੇ ਬਾਹਰ, ਟ੍ਰੈਂਡ ਆ ਚੁੱਕਾ ਹੋਇਆ ਵਾ ਕਿ ਵੀ ਸ਼ਹਿਰਾਂ ਦੇ ਵਿੱਚ ਹਰ ਕੋਈ ਬੰਦਾ ਕਹਿੰਦਾ ਕਿ ਯਾਰ ਵੱਖਰੇ ਵੱਖਰੇ ਲੋਕਾਂ ਦੀਆਂ ਵੱਖਰੀਆਂ ਵੱਖਰੀਆਂ ਗੱਲਾਂ ਕਿ ਜੀ ਕੋਈ ਕਹਿੰਦਾ ਜੀ ਇਹ ਆਪਣਾ ਜਿਹੜਾ ਵਾ ਕਿ ਅੱਜ ਦੀ ਡੇਟ 'ਚ ਕਾਰੋਬਾਰ ਵਧੀਆ ਨਹੀਂ ਹੈਗੇ, ਮੈਂ ਨਹੀਂ ਚਾਹੁੰਦਾ ਮੇਰਾ ਬੱਚਾ ਮੇਰੇ ਕਾਰੋਬਾਰ 'ਚ ਆਵੇ, ਮੈਂ ਚਾਹੁੰਦਾ ਮੇਰਾ ਬੱਚਾ ਬਾਹਰ ਚੱਲ ਜਾਵੇ, ਠੀਕ ਹੈ। ਬਹੁਤ ਸਾਰੇ ਲੋਕ ਮੈਂ ਦੇਖਦਾ ਵਾਂ ਕਿ ਵੀ ਜਿਹੜੇ ਆਟੋਮੋਬਾਈਲ ਇੰਡਸਟਰੀ ਤੋਂ ਨੇ, ਐਂਟਰਟੇਨਮੈਂਟ ਇੰਡਸਟਰੀ ਤੋਂ ਨੇ, ਕੇਬਲ ਇੰਡਸਟਰੀ ਤੋਂ ਨੇ, ਹੋਰ ਬਹੁਤ ਇੰਡਸਟਰੀਜ਼ ਤੋਂ, ਮਤਲਬ ਲੋਕ ਜਿਹਦੇ ਚਾਹੁੰਦੇ ਆ ਕਿ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਜਾਵੇ। ਇੱਕ ਜ਼ਮਾਨਾ ਸੀ ਜਦੋਂ ਮੇਰੇ ਫਾਦਰ ਨੇ ਵੀ ਮੈਨੂੰ ਬਾਹਰ ਭੇਜਿਆ ਸੀ ਬੈਕ ਇਨ 2007 ਦੇ ਵਿੱਚ ਕਿ ਭਾਈ ਬਾਹਰ ਜਾਵੇ, ਮੈਂ ਨਹੀਂ ਚਾਹੁੰਦਾ ਮੇਰੇ ਕਾਰੋਬਾਰ ਦੇ ਵਿੱਚ ਆਵੇ। ਉਹਨਾਂ ਦੀ ਆਪਣੀ ਇੱਕ ਸੋਚ ਹੈ, ਆਪਣੇ ਇੱਕ ਐਕਸਪੀਰੀਅੰਸਿਸ ਆ, ਹਰ ਇੱਕ ਪਰਿਵਾਰ ਦੇ ਆਪਣੇ ਹਾਲਾਤ ਹੈ, ਜਿਹੜਾ ਸ਼ਹਿਰਾਂ ਦਾ ਚਾਹੇ ਪਿੰਡਾਂ ਦਾ। ਮੈਂ ਇੱਕ ਚੀਜ਼ ਬਹੁਤ ਕਲੀਅਰ ਕਰ ਦਿੰਦਾ, ਹਰ ਕਿਸੇ ਦੇ ਆਪਣੇ ਹਾਲਾਤ ਹੈ, ਆਪਣੇ ਹਾਲਾਤਾਂ ਕਰਕੇ ਬੰਦਾ ਬਾਹਰ ਜਾਣ ਦੀ ਸੋਚਦਾ ਵੈ ਕਿ ਭਾਈ ਜਦੋਂ ਉਹਨੂੰ ਅੱਜ ਤੋਂ 3-4 ਬਾਅਦ ਕੋਈ ਆਪਣੇ ਚੀਜ਼ ਨਜ਼ਰ ਨਹੀਂ ਆਉਂਦੀ ਜਾਂ ਚੀਜ਼ ਨਜ਼ਰ ਨਹੀਂ ਆਉਂਦੀ ਤਾਂ ਮਤਲਬ ਹੈ ਕਿ ਆਪਣੀ ਗਰੋਥ ਨਜ਼ਰ ਨਹੀਂ ਆਉਂਦੀ। ਅੱਜ ਇੱਕ ਬੰਦਾ, ਇੱਕ ਮੈਸੇਜ ਮੈਂ ਦੇ ਦਾਂਗਾ ਕਿ ਵੀ ਜਿਹੜਾ ਅੱਜ ਬੰਦਾ 50,000-2 ਲੱਖ ਰੁਪਈਆ ਮਹੀਨੇ ਦਾ ਇੱਥੇ ਕਮਾਉਂਦਾ, ਡਿਪੈਂਡ ਕਿਹੜੀ ਏਜ ਫੈਕਟਰ ਉਹਦੇ ਵਿੱਚ ਹੈਗਾ ਵੈ, ਸੈਗਮੈਂਟ ਦੇ ਵਿੱਚ ਹੈ। ਫੋਰ ਐਗਜ਼ਾਮਪਲ ਅੱਜ 21 ਉਮਰ ਹੈ ਜਾਂ 22 ਉਮਰ ਹੈ, 50,000 ਰੁਪਇਆ ਮਹੀਨਾ ਕਮਾਉਣਾ ਸ਼ੁਰੂ ਹੋ ਗਿਆ, ਚੰਗੀ ਨੌਕਰੀ ਲੱਗੀ, ਕਦੀ ਬੇਵਕੂਫੀ ਕਰੇਗਾ ਜੇ ਬਾਹਰ ਜਾਏਗਾ? 25-30 ਦੀ ਬ੍ਰੈਕਟ ਹੈ, 1.5-2 ਲੱਖ ਰੁਪਇਆ ਕਮਾਉਂਦਾ ਪਿਆ ਜੇ ਬਾਹਰ ਜਾਣ ਦੀ ਗੱਲ ਕਰਦਾ ਤੇ ਬੇਵਕੂਫੀ ਹੈ ਬਹੁਤ ਵੱਡੀ। 35-40 ਦੀ ਬ੍ਰੈਕਟ ਹੈਗੀ ਹੈ ਜਾਂ 30-40 ਦੀ ਬ੍ਰੈਕਟ ਹੈ, 2-2.5 ਲੱਖ ਰੁਪਇਆ ਮਹੀਨੇ ਦਾ ਕਮਾ ਰਿਹਾ ਔਰ ਬਾਹਰ ਜਾਣ ਦੀ ਗੱਲ ਕਰਦਾ ਤੇ ਬਹੁਤ ਵੱਡਾ ਬੇਵਕੂਫ ਹੈ। ਹੁਣ ਇਹਦੇ ਤੋਂ ਬਾਅਦ ਚੋਂ ਇਹ ਹਰ ਕਿਸੇ ਦਾ ਆਪਣਾ ਡਿਸੀਜਨ ਹੈ ਕਿ ਵੀ ਉਹਨੇ ਬਾਹਰ ਜਾਣਾ ਹੈ ਜਾਂ ਬਾਹਰ ਨਹੀਂ ਜਾਣਾ। ਭੱਟੀ ਸਾਹਿਬ, ਤੁਸੀਂ ਇੰਨੀ ਵੱਡੀ ਇਮੀਗ੍ਰੇਸ਼ਨ ਕੰਪਨੀ ਚਲਾਉਂਦੇ ਹੋ, ਏਐਸਐਸ ਗਲੋਬਲ ਬੜਾ ਨਾਮ ਹੈ ਤੁਹਾਡੇ ਵੀ, ਜੇ ਜਿਹੜੀ ਹੋਲਡਿੰਗਸ ਦੀ ਤੁਸੀਂ ਗੱਲ ਕਰ ਰਹੇ ਹੋ ਤੁਹਾਡੇ ਹੋਲਡਿੰਗਸ ਵੀ ਨਜ਼ਰ ਆਉਂਦੇ, ਬਸ
ਵੀ ਇੱਕ ਇਸ਼ਾਰਾ ਕਰ ਰਹੇ ਹੋ ਕਿ ਪੰਜਾਬ 'ਚ ਰਹਿਣਾ ਚਾਹੀਦਾ, ਆਪਣੇ ਮੁਲਕ 'ਚ ਰਹਿਣਾ ਚਾਹੀਦਾ? ਨਹੀਂ, ਮੈਂ ਕਦੀ ਨਹੀਂ ਕਿਹਾ ਕਿ ਵੀ ਨਹੀਂ, ਤੁਸੀਂ ਜਦੋਂ ਹੁਣ ਕਹਿ ਰਹੇ ਹੋ, ਮੈਂ ਮੇਰਾ ਸਵਾਲ ਹੈ ਕਿ ਤੁਸੀਂ ਕਿਤੇ ਨਾ ਕਿਤੇ ਫਿਰ ਵੀ ਕਹਿ ਰਹੇ ਹੋ ਕਿ ਬਾਹਰ ਵੀ ਬਹੁਤ ਜ਼ਿਆਦਾ ਫਾਇਦਾ ਨਹੀਂ ਹੈ ਜੋ ਤਸਵੀਰ ਅਸੀਂ? ਨੋ, ਮੈਂ ਬਹੁਤ ਕਲੀਅਰ ਸਟੇਟ ਫਾਰਵਰਡ ਸਟੇਟਮੈਂਟ ਦੇ ਰਿਹਾ ਕਿ ਭਾਈ 21 ਸਾਲ ਦੀ ਹਰ ਕਿਸੇ ਦੀ ਏਜ ਬ੍ਰੈਕਟ ਆਪਣੀਆਂ ਐਕਸਪੈਕਟੇਸ਼ਨਸ ਹੈਗੀਆਂ ਕਿ ਭਾਈ ਏਜ ਬ੍ਰੈਕਟ ਦੇ ਵਿੱਚ ਜੇਕਰ ਮੈਂ 21 ਸਾਲ ਅੱਛਾ ਕੋਈ ਕੇਸ ਤੁਹਾਡੇ ਕੋਲ ਲੈ ਕੇ ਆਉਂਦਾ, ਕੋਈ ਤੁਹਾਡੇ ਦਫ਼ਤਰ ਕੋਈ ਕੇਸ ਲੈ ਕੇ ਆਉਂਦਾ, ਉਹਨੂੰ ਫਿਰ ਇਹ ਸਲਾਹ ਤੁਹਾਡੇ ਵੱਲੋਂ ਦਿੱਤੀ ਜਾਂਦੀ ਹੈ ਕਿ ਜੇ ਤੁਸੀਂ ਦਿੱਤੀ ਹੈ ਕਿ ਭਾਈ ਇੱਕ ਸਟੂਡੈਂਟ ਹੈ, ਉਹ ਕਹਿੰਦਾ ਮੇਰੀ ਉਮਰ ਅੱਜ 21 ਸਾਲ ਹੈ, ਮੈਂ ਸੋਸ਼ਲ ਮੀਡੀਆ ਤੇ ਕੰਮ ਕਰਕੇ ਮੈਂ 50-60 ਹਜ਼ਾਰ ਰੁਪਇਆ ਮਹੀਨੇ ਦਾ ਕਮਾਉਣਾ ਤੇ ਮੈਨੂੰ ਲੱਗਦਾ ਮੈਂ ਬਾਹਰ ਜਾ ਕਰਕੇ $10,000 ਕਮਾ ਲਊਂਗਾ। ਮੈਂ ਕਹਿੰਦਾ ਤੇਰੀ ਇਹ ਸੋਚ ਹੈ ਕਿ ਤੂੰ $10,000 ਕਮਾ ਲਏਗਾ, ਜੇਕਰ ਤੂੰ $10,000 ਕਮਾਏਗਾ ਤੂੰ ਇਹ ਸੋਚ ਕਿ ਵੀ ਤੇਰੇ ਖਰਚੇ ਵੀ ਹੋਣੇ। 21 ਸਾਲ ਦੀ ਉਮਰ 'ਚ ਜੇਕਰ ਤੂੰ ਅੱਜ ਤੂੰ 50,000 ਰੁਪਇਆ ਮਹੀਨੇ ਦਾ ਕਮਾ ਰਿਹਾ ਤੇ ਤੂੰ ਇੱਥੇ ਰਹਿ ਕਰਕੇ ਤਰੱਕੀ ਕਰ ਸਕਦਾ, ਕਿਉਂਕਿ ਇੰਡੀਆ ਇਜ਼ ਅ ਵੋਲਿਊਮ ਗੇਮ। ਇੰਡੀਆ ਦੀ ਸਭ ਸਾਰੀਆਂ ਵੱਡੀਆਂ ਕੰਪਨੀਆਂ ਇੰਡੀਆ 'ਚ ਕਿਉਂ ਆਉਣੀਆਂ ਚਾਹੁੰਦੀਆਂ ਮੈਂ, ਕਿਉਂਕਿ ਉਹ ਕਹਿੰਦੀ ਹੈ ਇੰਡੀਆ ਬਹੁਤ ਵੱਡੀ ਇੱਕ ਵੋਲਿਊਮ ਇੰਡਸਟਰੀ ਹੈ, ਕਿਉਂਕਿ ਪਾਪੂਲੇਸ਼ਨ ਬਹੁਤ ਹਾਈ ਹੈ। ਮੈਂ ਨਹੀਂ ਕਿਹਾ ਕਿ ਬਾਹਰ ਨਹੀਂ ਜਾਣਾ ਚਾਹੀਦਾ, ਮੈਂ ਕਿਹਾ ਤੁਸੀਂ ਤੁਹਾਡੀ ਰਾਏ ਹੈ ਤੁਹਾਡੀ ਜੋ ਐਕਸਪੀਰੀਅੰਸ ਤੁਹਾਡਾ ਹਾਲਾਤਾਂ ਦੇ ਮੁਤਾਬਕ। ਇੱਕ 35 ਸਾਲ ਦਾ ਬੰਦਾ, ਮੇਰੇ ਵਾਲੀ ਉਮਰ ਦਾ ਬੰਦਾ, ਇੱਥੇ 2.5-3 ਲੱਖ ਰੁਪਇਆ ਕਮਾ ਰਿਹਾ, ਭਾਈ ਬਾਹਰ ਜਾ ਕਰਕੇ 35 ਸਾਲ ਦੀ ਉਮਰ ਦੇ ਵਿੱਚ 16 ਘੰਟੇ ਕੰਮ ਨਹੀਂ ਹੋਣਾ ਨਾ, ਉਹਨੂੰ ਕੰਪੈਰੀਜ਼ਨ 35 ਸਾਲ ਦੇ ਬੰਦੇ ਨੇ ਕਰਨਾ 21 ਸਾਲ ਦੇ ਮੁੰਡੇ ਦੇ ਨਾਲ ਜਾਂ 18 ਸਾਲ ਦੇ ਮੁੰਡੇ ਦੇ ਨਾਲ। ਹੁਣ ਇੱਕ 12ਵੀਂ ਪਾਸ ਹੈ, 18 ਸਾਲ ਦਾ ਬੱਚਾ ਵਾ, ਜੇਕਰ ਉਹ ਬੱਚਾ ਬਾਹਰ ਜਾਣਾ ਚਾਹੁੰਦਾ ਤੇ ਉਹਨੂੰ ਕੋਈ ਹਰਜ ਨਹੀਂ ਹੈ, ਜਿਹਨੂੰ ਹਮੇਸ਼ਾ ਐਡਵਰਟਾਈਜ਼ਮੈਂਟ ਕਿਹਾ ਜਾਂਦਾ ਕਿ ਵੀ 12ਵੀਂ ਹੈ, 12ਵੀਂ ਕੀਤੀ ਹੈ, ਹੁਣੇ ਜਾਣਾ ਚਾਹੁੰਦੇ ਹੋ ਕਿ ਜਿਹੜਾ ਕਿ ਤੁਹਾਡੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਹੈ। ਇੱਥੇ ਦਾਖਲਾ ਲੋ, ਗ੍ਰੈਜੂਏਟ ਹੋ ਜਾਂਦੇ ਹੋ, ਵਿਆਹ ਹੋ ਲੈਂਦਾ, ਵਿਆਹ ਤੋਂ ਬਾਅਦ ਤੁਸੀਂ ਡਿਸੀਜਨ ਲੈਂਦੇ ਹੋ ਤੇ ਕੱਲੀ ਆਪਣੀ ਜ਼ਿੰਮੇਵਾਰੀ ਨਹੀਂ, ਆਪਣੇ ਅੱਗੇ ਪਰਿਵਾਰ ਦੀ ਹੈ, ਜਿਹਨੂੰ ਵਿਆਹ ਕੇ ਨਾਲ ਲੈ ਕੇ ਆਏ ਉਹਦੀ ਵੀ ਨਾਲ ਜ਼ਿੰਮੇਵਾਰੀ ਹੈ। ਉਹ ਡਿਸੀਜਨ ਉਸ ਏਜ ਵਿੱਚ ਜਾ ਕਰਕੇ ਸੋਚ ਸਮਝ ਕੇ ਲੈਣਾ ਚਾਹੀਦਾ। ਪਿੰਡਾਂ ਦੇ ਵਿੱਚ ਵਿਆਹ ਲੋਕਾਂ ਦਾ 21 ਸਾਲ ਦੀ ਉਮਰ ਦੇ ਵਿੱਚ ਆਮ ਤੌਰ ਤੇ ਹੋ ਜਾਂਦਾ, ਸ਼ਹਿਰਾਂ ਦੇ ਵਿੱਚ ਉਹ 25-26 ਸਾਲ ਰਗਾ ਵਾ, ਠੀਕ ਹੈ। ਸੋ ਇਹ ਹਰ ਕਿਸੇ ਦੇ ਆਪਣੇ ਹਾਲਾਤ ਹੈ ਕਿ ਵੀ ਕਿਸ ਬੰਦੇ ਨੇ ਜਾਣਾ, ਕਿਸ ਬੰਦੇ ਨੇ ਨਹੀਂ ਜਾਣਾ। ਬਾਹਰ ਜਾਣਾ ਜ਼ਰੂਰ ਜਾਓ, 12ਵੀਂ ਕੀਤੀ ਹੈ ਇਮੀਡੀਏਟਲੀ ਬਾਹਰ ਮੂਵ ਕਰ ਲਓ ਕਿ ਭਾਈ ਕੋਈ ਸਮੱਸਿਆ ਵਾਲੀ ਚੀਜ਼ ਨਹੀਂ ਹੈ। ਉਸੇ ਕਰਕੇ ਤਾਂ ਕਹਿੰਦੇ ਆ ਕਿ ਵੀ ਇੱਥੇ ਡੇ ਬਾਈ ਡੇ ਜਿਹੜਾ ਆਪਣਾ ਯੂਨੀਵਰਸਿਟੀਜ਼ ਦਾ ਜਾਂ ਕਾਲਜਿਸ ਦਾ ਐਡਮਿਸ਼ਨ ਦਾ ਗ੍ਰਾਫ ਡੇ ਬਾਈ ਡੇ ਡਾਊਨ ਆ ਰਿਹਾ। ਤੁਸੀਂ ਤੁਹਾਡਾ ਹੀ ਵੱਡਾ ਐਕਸਪੀਰੀਅੰਸ, ਤੁਸੀਂ ਕਹਿ ਰਹੇ ਕਿ 2000 ਤੋਂ ਤੁਸੀਂ ਬਾਹਰ ਹੋ ਵਿਦੇਸ਼ 'ਚੋਂ, ਅੱਜ ਜਿਹੜੇ ਹੁਣ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਜਾਂ ਜੋ ਪਲਾਨ ਕਰ ਰਹੇ ਕਿ ਬਾਹਰ ਜਾਣਾ, ਚਾਹੇ ਉਹ 12ਵੀਂ ਦਾ ਹੋਵੇ, ਚਾਹੇ ਕਿਸੇ ਨੇ ਗ੍ਰੈਜੂਏਸ਼ਨ ਕਰ ਲਈ ਹੋਵੇ, ਤੁਸੀਂ ਕੰਪੈਰੀਜ਼ਨ ਕੀ ਫੀਲ ਕਰਦੇ ਹੋ ਵਿਦੇਸ਼ਾਂ 'ਚ ਔਰ ਸਾਡੇ ਦੇਸ਼ 'ਚ? ਸਾਡੇ ਦੇਸ਼ ਦੇ ਵੀ ਹਾਲਾਤ ਬਦਲੇ ਹੋਣਗੇ ਪਿਛਲੇ 5 ਸਾਲਾਂ 'ਚ, 10 ਸਾਲਾਂ 'ਚ, ਅੱਜ ਤੁਸੀਂ ਕੰਪੈਰੀਜ਼ਨ ਕੀ ਫੀਲ ਕਰ ਰਹੇ ਹੋ? ਇੱਕ ਲਾਈਨ 'ਚ ਆਨਸਰ ਦੇ ਦਾਂਗਾ। ਕੈਨੇਡਾ ਦੇ ਵਿੱਚ ਸੀਗਾ, ਸਪੀਡ ਲਿਮਿਟ ਸੀਗੀ 100-70, ਰਾਈਟ, ਮੇਰੀ ਗੱਡੀ ਚਲੀ ਗਈ 80 ਤੋਂ, ਕਹਿੰਦਾ ਯਾਰ ਇਹ ਆਪਾਂ 10 ਤੇ ਐਕਸੈਪਟਿਡ ਹੈ, ਇਹਦੇ ਤੋਂ ਉੱਤੇ ਜਾਓਗੇ ਤਾਂ ਪ੍ਰੋਬਲਮ ਹੈ, ਠੀਕ ਹੈ। ਕਹਿੰਦੇ ਜੇ ਤੈਨੂੰ ਨਾ ਤੇਜ਼ ਚਲਾਉਣ ਦੀ ਆਦਤ ਹੈ ਤੇ ਆਪਾਂ ਜਰਮਨੀ ਚੱਲਾਂਗੇ ਤੇ ਉੱਥੇ ਤੂੰ ਨੋ ਸਪੀਡ ਲਿਮਿਟ ਹੈ, ਕੋਈ ਦਿੱਕਤ ਨਹੀਂ। ਪਿੱਛੇ ਮੁੰਡਾ ਬੈਠਾ ਕਹਿੰਦਾ 2 ਕੰਟਰੀਆਂ ਵਰਲਡ ਦੇ ਵਿੱਚ ਹੈ ਜਿੱਥੇ ਨੋ ਸਪੀਡ ਲਿਮਿਟ ਹੈ, ਕਿਹੜੀ? ਜੀ ਕਹਿੰਦੇ ਜੀ ਕਿ ਜਰਮਨੀ ਅਤੇ ਇੰਡੀਆ। ਮੈਂ ਕਿਹਾ ਨਹੀਂ ਨਹੀਂ, ਇੰਡੀਆ ਸਪੀਡ ਲਿਮਿਟ ਹੈ। ਦੈਨ ਗੋਰੇ ਨੇ ਕਿਹਾ, ਗੋਰਾ ਕਹਿੰਦਾ ਇੰਡੀਆ ਦੇ ਵਿੱਚ ਦੇਅਰ ਇਜ਼ ਅ ਰੂਲ, ਹਰ ਰੂਲਸ ਹੈਗੇ ਹੈ, ਇਹ ਨਹੀਂ ਕਿ ਜਿਹਨੂੰ ਲੋਕੀ ਕਹਿੰਦੇ ਨਾ ਸਿਸਟਮ ਨਹੀਂ ਹੈ, ਸਿਸਟਮ ਨਹੀਂ ਹੈ, ਸਿਸਟਮ ਹੈਗੇ ਹੈ, ਬਟ ਨੋਬਡੀ ਵਾਂਟਸ ਟੂ ਫੋਲੋ। ਅਸੀਂ ਇੱਥੋਂ ਚੰਡੀਗੜ੍ਹ ਜਾਂਦੇ ਹਾਂ, ਇੱਥੇ ਸੀਟ ਬੈਲਟ ਨਹੀਂ ਆਉਂਦੇ, ਚੰਡੀਗੜ੍ਹ ਐਂਟਰ ਕਰਦੇ ਹਾਂ ਸੀਟ ਬੈਲਟ ਲਾ ਲੈਂਦੇ ਹਾਂ ਕਿ ਪਤਾ ਇੱਥੇ ਕੋਈ ਪੈਰ ਪਾ ਨਹੀਂ। ਉਹੀਓ ਚੀਜ਼ਾਂ ਉੱਥੇ ਹੈ ਕਿ ਜਦੋਂ ਬਾਹਰ ਜਾਂਦੇ ਹਾਂ ਅਸੀਂ ਕਹਿੰਦੇ ਆਹ ਹਾ ਬਹੁਤ ਵਧੀਆ ਬਹੁਤ ਵਧੀਆ, ਉਹੀ ਐਵਰੀਬਡੀ ਫੋਲੋ ਦਾ ਸਿਸਟਮ। ਇੱਥੇ ਆਪਣਾ ਜੇ ਤੁਸੀਂ ਇੰਡੀਆ ਦੀ ਪਾਪੂਲੇਸ਼ਨ ਦੀ ਗੱਲ ਕਰ ਲਓ, ਪਾਪੂਲੇਸ਼ਨ ਦਾ ਕੁਛ ਵੈਰੀ ਮਿਨੀਮਲ ਪਰਸੈਂਟੇਜ ਹੈ ਕਿ ਵੀ ਜਿਨ੍ਹਾਂ ਦੀਆਂ ਰਿਟਰਨਸ 1 ਕਰੋੜ ਰੁਪਏ ਤੋਂ ਉੱਪਰ ਹੈ। ਮੈਂ ਕਹਿੰਦਾ ਕੁਛ ਪਰਸੈਂਟੇਜ ਹੈ ਜਿਹੜੇ ਪੂਰੇ ਹਿੰਦੁਸਤਾਨ ਦੇ ਲੋਕਾਂ ਦੇ ਵਿੱਚੋਂ ਪ੍ਰੋਪਰਟੀਜ਼ ਓਨ ਕਰਦੇ ਆ, ਠੀਕ ਹੈ। 6% ਕਿ 12%, ਮੈਨੂੰ ਕਰੈਕਟ ਨਹੀਂ ਹੈ, ਸੋ ਡੋਂਟ ਮਾਰਕ ਮੀ ਔਨ ਦੈਟ, ਬਟ ਇਹ ਬਹੁਤ ਪਰਸੈਂਟੇਜ ਘੱਟ ਹੈ। ਬਟ ਜੇਕਰ ਸਿਸਟਮ ਹੈ, ਉਹ ਸਿਸਟਮ ਹਰ ਕੋਈ ਬੰਦਾ ਫੋਲੋ ਕਰਨਾ ਸ਼ੁਰੂ ਕਰਦੇ ਸਾਰੇ। ਤੁਹਾਨੂੰ ਲੱਗਦਾ ਕਿ ਖਰਾਬ ਪੱਟੀ ਸਾਹਿਬ, ਖਰਾਬ ਸਿਸਟਮ ਤੋਂ ਦੌੜ ਕੇ ਬਾਹਰ ਚਲੇ ਜਾਣਾ ਚਾਹੀਦਾ ਜਾਂ ਇੱਥੇ ਰਹਿ ਕੇ ਵੀ ਸਿਸਟਮ ਠੀਕ ਹੋ ਸਕਦਾ, ਇੱਥੇ ਦੀ ਯੂਥ ਠੀਕ ਕਰ ਸਕਦੀ ਸਿਸਟਮ? ਕਿਉਂਕਿ ਇੱਕ ਇਹ ਹੁਣ ਵੱਡਾ ਟੌਪਿਕ ਬਣ ਚੁੱਕਿਆ ਹੈ, ਯੂਥ ਬਾਹਰ ਦੌੜ ਰਿਹਾ, ਪੰਜਾਬ ਨੂੰ ਕੌਣ ਸੰਭਾਲੇਗਾ, ਅਗਲੀ ਪੀੜ੍ਹੀ ਨੂੰ ਕੌਣ ਸੰਭਾਲੇਗਾ, ਕੌਣ ਇੱਥੇ ਦੀ ਜ਼ਮੀਨਾਂ ਦੀ ਰਾਖੀ ਕਰੇਗਾ? ਦੇਖੋ ਜੀ, ਇਹ ਬਹੁਤ ਵੱਡਾ ਟੌਪਿਕ ਹੈ, ਮੈਂ ਬਹੁਤ ਕੱਦ ਦੇ ਵਿੱਚ ਵੀ ਐਕਸਪੀਰੀਅੰਸ ਦੇ ਵਿੱਚ ਵੀ ਬਹੁਤ ਛੋਟਾ ਇਹਦਾ ਆਨਸਰ ਦੇਣ ਵਾਸਤੇ, ਬਟ ਇਹਦਾ ਮੈਂ ਆਨਸਰ ਇਹ ਦੇ ਸਕਦਾ ਕਿ ਵੀ ਇਹ ਕਹਿ ਲਓ ਕਿ ਵੀ ਆਉਣ ਵਾਲੀਆਂ ਪੀੜ੍ਹੀਆਂ ਜਾਂ ਉਹ ਕਹਿ ਲਓ ਕਿ ਸੂਬਾ, ਉਹ ਤਾਂ ਯੂਥ ਹੀ ਬਚਾ ਸਕਦੀ ਹੈ। ਯੂਥ ਦੇ ਹੱਥਾਂ ਦੇ ਵਿੱਚ ਹੀ ਉਹ ਕਹਿ ਲਓ ਕਿ ਵੀ ਅਗਲਾ ਫਿਊਚਰ, ਅਗਲੀ ਜਨਰੇਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ। ਇੰਡੀਆ ਦੀ ਗੱਲ ਕਰ ਲਈਏ, ਕੋਈ ਵੀ ਘਰ ਇੱਦਾਂ ਦਾ ਨਹੀਂ ਕਿ ਵੀ ਜਿਹੜਾ ਬੰਦਾ ਵਿਆਹ ਹੁੰਦਾ, ਬੱਚੇ ਹੁੰਦੇ, ਉਹ ਕਹਿੰਦਾ ਕਿ ਵੀ ਕਿਹਲੀ ਕੰਮ ਕਰ ਰਿਹਾ, ਬੱਚਿਆਂ ਨਹੀਂ ਕੰਮ ਕਰ ਰਿਹਾ। ਸੋ ਐਵਰੀਬਡੀ ਵਰਕ ਫੋਰ ਦੇਅਰ ਕਿਡਸ, ਠੀਕ ਹੈ। ਸੋ ਇਹ ਜਿਹੜਾ ਪੰਜਾਬ ਸੂਬਾ, ਦੈਟ ਇਜ਼ ਓਨਲੀ ਆਲਸੋ ਫੋਰ ਦਾ ਕਿਡਸ, ਕਿ ਵੀ ਬੱਚੇ ਹੀ ਹੈ ਕਿ ਵੀ ਜਿਹੜੇ ਸੂਬੇ ਨੂੰ ਅੱਗੇ ਲੈ ਕੇ ਜਾ ਸਕਦੇ। ਸੋ ਹਰ ਕੋਈ ਬੰਦਾ ਬਾਹਰ ਜਾ ਰਿਹਾ, ਐਂਡ ਜਿੰਨੀ ਤੇਜ਼ੀ ਦੇ ਨਾਲ ਜਾ ਰਿਹਾ ਹੈ ਨਾ,
ਦੂਜਾ ਐਂਗਲ ਨਹੀਂ ਕੋਈ ਦੇਖ ਰਿਹਾ ਜਿਹੜੇ ਪਰਮਾਨੈਂਟ ਉੱਥੇ ਰੈਜ਼ੀਡੈਂਟ ਵੀ ਹੈ ਨਾ ਪਰਮਾਨੈਂਟ ਰੈਜ਼ੀਡੈਂਸੀ ਲੈ ਕੇ ਉਨੀ ਤੇਜ਼ੀ 'ਚ ਹੀ ਡੇਲੀ ਬੇਸ ਦੇ ਉੱਤੇ ਇੱਥੇ ਵੀ ਆਇਆ ਜਾ ਰਿਹਾ ਕਿ ਵੀ ਇੱਥੇ ਵੀ ਲੋਕ ਆ ਰਿਹਾ ਕਿ ਯਾਰ ਮੈਂ ਹੁਣ ਆਪਣਾ ਜੋ ਜ਼ਿੰਦਗੀ 'ਚ ਅਚੀਵ ਕਰਨਾ ਚਾਹੁੰਦਾ ਸੀ ਕਰ ਲਿਆ ਹੁਣ ਮੈਂ ਇੱਥੇ ਆ ਕਰਕੇ ਕਰਨਾ ਸੋ ਸਿਸਟਮ ਪ੍ਰੋਸੈਸਿਸ ਜਿਸ ਦਿਨ ਅਸੀਂ ਆਪ ਫੋਲੋ ਕਰਨੇ ਸ਼ੁਰੂ ਕਰ ਦਾਂਗੇ ਉਸ ਦਿਨ ਸਾਰੀਆਂ ਚੀਜ਼ਾਂ ਓਕੇ ਬਟ ਸਾਡੀ ਜਿਹੜੀ ਯੂਥ ਹੈ ਯੰਗ ਜਨਰੇਸ਼ਨ ਹੈ ਐਵਰੀਬਡੀ ਸੇਜ਼ ਦੈਟ ਯੂ ਨੋ ਅੱਛਾ ਅਸੀਂ ਪਤਾ ਕੀ ਕਰਦੇ ਹਾਂ ਕਿ ਐਵਰੀਬਡੀ ਸੇਜ਼ ਕੀ ਹੈ ਮੈਂ ਕਿਉਂ ਹਰ ਕੋਈ ਚਾਹੁੰਦਾ ਕਿ ਭਗਤ ਸਿੰਘ ਮੇਰੇ ਘਰ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ ਮੇਰੇ ਘਰ ਨਾ ਹੋਵੇ ਨਾਲ ਦੇ ਘਰ 'ਚ ਹੋ ਜਾਵੇ ਭਰਾਵਾ ਕੋਈ ਗੱਲ ਨਹੀਂ ਕਿਉਂਕਿ ਸ਼ਹੀਦੀਆਂ ਦੇਣੀਆਂ ਸੌ ਗੱਲਾਂ ਕਰਨੀਆਂ ਬਹੁਤ ਸੌਖੀਆਂ ਦੇਣੀਆਂ ਬਹੁਤ ਔਖੀਆਂ ਸੋ ਪੁਆਇੰਟ ਇਸ ਕਿ ਵੀ ਜਿਹੜਾ ਸਟੂਡੈਂਟ ਹੈਗਾ ਵਾ ਕਿ ਵੀ ਆਪਾਂ ਦੋ ਚੀਜ਼ਾਂ ਨੂੰ ਮਿਕਸ ਕਰਦੇ ਹਾਂ ਹਮੇਸ਼ਾ ਜਦੋਂ ਵੀ ਅਸੀਂ ਇਹ ਟੋਪਿਕ ਦੀ ਗੱਲ ਕਰਦੇ ਹਾਂ ਬਾਅਦ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਦੋ ਚੀਜ਼ਾਂ ਨੂੰ ਮਿਕਸ ਕਰਦੇ ਹਾਂ ਪਹਿਲੀ ਚੀਜ਼ ਹੈ ਕਿ ਭਾਈ ਅਸੀਂ ਪੱਕੇ ਤੌਰ 'ਤੇ ਜਾ ਰਹੇ ਹਾਂ ਅਸੀਂ ਕਦੀ ਮੁੜ ਕੇ ਵਾਪਸ ਨਹੀਂ ਆਉਣਾ ਦੂਜੀ ਚੀਜ਼ ਹੈਗੀ ਹੈ ਕਿ ਭਾਈ ਅਸੀਂ ਪੜ੍ਹਨ ਲਈ ਚੱਲੇ ਐਂਡ ਪੜ੍ਹਾਈ ਤੋਂ ਬਾਅਦ ਦੇਖਾਂਗੇ ਕਿ ਵੀ ਉਦੋਂ ਤੱਕ ਇੱਥੋਂ ਦੇ ਸਿਸਟਮ ਐਂਡ ਪ੍ਰੋਸੈਸਿਸ ਜਿੱਦਾਂ ਦੇ ਅਸੀਂ ਚਾਹੁੰਦੇ ਹਾਂ ਨਹੀਂ ਇਹ ਤਾਂ ਪਰਸੈਂਟੇਜ ਬਹੁਤ ਘੱਟ ਹੋਏਗੀ ਇਹ ਪਰਸੈਂਟੇਜ ਬਹੁਤ ਘੱਟ ਹੋਏਗੀ ਜਿਹੜੇ ਵੀ ਸਟੂਡੈਂਟ ਵੀਜ਼ਾ ਤੇ ਜਾਂਦੇ ਨੇ ਹਾਂ ਪਾਕਿਸਤਾਨ ਵਾਲੀ ਹਾਂ ਡਿਪੈਂਡ ਹੈ ਇਹ ਤਾਂ ਜਿਨ੍ਹਾਂ ਦੇ ਇੱਥੇ ਹਾਲਾਤ ਵਧੀਆ ਨੇ ਜਿਨ੍ਹਾਂ ਦੇ ਇੱਥੇ ਕੈਪੀਟਲ ਨੇ ਜੋ ਜਿਹੜਾ ਕਹਿ ਲੈਣਾ ਜਿਹੜਾ ਜਿੱਥੇ ਸੂਤ ਆ ਉੱਥੇ ਰਹਿਣਾ ਪਸੰਦ ਕਰਦਾ ਫਿਰ ਤੁਸੀਂ ਅੱਜ ਇੱਥੇ ਐਂਕਰਿੰਗ ਪਰ ਪੱਟੀ ਸਾਹਿਬ ਦੇ ਹਿਸਾਬ ਨਾਲ ਹੁਣ ਸਪੀਡ ਘਟਣੀ ਚਾਹੀਦੀ ਹੈ ਜਿਹੜਾ ਗੇਅਰ ਪੰਜਾਬੀਆਂ ਨੇ ਪਾਇਆ ਜਾਂ ਚ ਬੈਠਣ ਦਾ ਵਧੇਗੀ ਇਹਦਾ ਕੀ ਕਾਰਨ ਮੰਨਦੇ ਤੁਸੀਂ ਕਿਉਂਕਿ ਇਹ ਪਹਿਲੇ ਇੱਕ ਟਾਈਮ ਸੀਗਾ 2003 ਦੇ ਵਿੱਚ ਜਦੋਂ ਕਾਰੋਬਾਰ ਸ਼ੁਰੂ ਕੀਤਾ ਸੀਗਾ ਏਜ ਸੀਗੀ ਵੀ ਮੈਕਸੀਮਮ ਸਟੂਡੈਂਟ ਜਿਹੜਾ ਬਾਹਰ ਜਾਂਦਾ ਸੀ ਗ੍ਰੈਜੂਏਟ ਸੀ ਹੁਣ 12ਵੀਂ ਵਾਲਾ ਵੀ ਜਾਂਦਾ ਹੁਣ ਇਹ ਵੀ ਦੇਖਿਆ ਜਾਂਦਾ ਕਿ ਜੀ ਬੱਚਾ ਹੈ 5ਵੀਂ 6ਵੀਂ ਜਾਂ ਕਹਿੰਦੇ ਜੀ ਯਾਰ ਤੁਸੀਂ ਚਾਈਲਡ ਵੀਜ਼ਾ ਕਰ ਦਿਓ ਨਾਲ ਮਾਂ ਪਿਓ ਵੀ ਚਲੇ ਜਾਣਗੇ ਪਰਮਾਨੈਂਟ ਰੈਜ਼ੀਡੈਂਸੀ ਦੇ ਬਹੁਤ ਲੋਕੀ ਜਾਣੇ ਸ਼ੁਰੂ ਹੋ ਗਏ ਠੀਕ ਹੈ ਹੁਣ ਪਹਿਲੇ ਉਸ ਟਾਈਮ ਤੇ ਏਜ ਸੀ 18-21-22 ਮੈਕਸੀਮਮ 23 ਸਾਲ ਦਾ ਬੱਚਾ ਸਾਡੇ ਦਫ਼ਤਰਾਂ ਦਾ ਜਿਹਨੂੰ ਦੇਖਦੇ ਸੀ 40 ਸਾਲ ਦੇ ਵੀ ਜਿਹੜਾ ਕਹਿ ਲਓ ਕੈਂਡੀਡੇਟਸ ਨੂੰ ਆਉਂਦੇ ਆ ਚੰਗੇ ਕਾਰੋਬਾਰ ਹੈ ਕਹਿੰਦੇ ਯਾਰ ਉਹ ਮੂਵ ਹੋਣਾ ਚਾਹੁੰਦੇ ਇਥੋਂ ਉਹ ਐਵਰੀਬਾਡੀ ਐਵਰੀ ਸੈਕਿੰਡ ਫੈਮਿਲੀ ਵਾਂਟਸ ਟੂ ਮੂਵ ਆਊਟ ਆਈ ਡੋਨਟ ਨੋ ਦਾ ਰੀਅਲ ਰੀਜ਼ਨ ਮੇਰੇ ਕੋਲ ਜੋ ਰੀਜ਼ਨ ਦੀ ਸਟੋਰੀ ਹੈ ਉਹ ਮੈਂ ਤੁਹਾਨੂੰ ਦੱਸਤੀ ਕਿ ਵੀ ਇਹ ਕਈ ਲੋਕਾਂ ਦਾ ਹਰ ਕਿਸੇ ਦਾ ਆਪਣਾ ਕੋਈ ਕਹਿੰਦਾ ਯਾਰ ਮੇਰੇ ਕੋਲ ਐਕਸਟਰਾ ਪੈਸਾ ਮੈਂ ਬਾਹਰ ਦੀਆਂ ਕੰਟਰੀਆਂ 'ਚ ਇਨਵੈਸਟ ਕਰਨਾ ਚਾਹੁੰਦਾ ਕੋਈ ਕਹਿੰਦਾ ਯਾਰ ਮੈਂ ਨਾ ਪਰਮਾਨੈਂਟ ਰੈਜ਼ੀਡੈਂਸੀ ਲੈ ਕੇ ਇਹ ਪਾਰਕਿੰਗ ਸਪੋਟ ਇੱਕ ਲੈਣਾ ਚਾਹੁੰਦਾ ਕਿ ਵੀ ਮੈਂ ਬੁੱਢੇ ਬਾਰੇ ਕਿਤੇ ਨਿਊਜ਼ੀਲੈਂਡ ਵਰਗੀ ਕੰਟਰੀ ਜਾ ਕਰਕੇ ਆਪਣੀ ਜ਼ਿੰਦਗੀ ਬਿਤਾ ਸਕਾਂ ਕੋਈ ਕਹਿੰਦਾ ਯਾਰ ਮੈਂ ਆਪਣੇ ਨਾਲ NRI ਦਾ ਟੈਗ ਲਵਾਉਣਾ ਚਾਹੁੰਦਾ ਕੋਈ ਕਹਿੰਦਾ ਮੇਰੀ ਮਜਬੂਰੀ ਹੈ ਮੇਰੇ ਹਾਲਾਤ ਹੈ ਕਿ ਭਾਈ ਮੈਂ ਇੱਥੇ ਰਹਿ ਨਹੀਂ ਸਕਦਾ ਕੋਈ ਕਹਿੰਦਾ ਮੈਂ ਆਪਣੇ ਬੱਚੇ ਨੂੰ ਭੇਜਣਾ ਚਾਹੁੰਦਾ ਮੇਰਾ ਇੱਥੋਂ ਜਾਏ ਬਿਨਾਂ ਗੁਜ਼ਾਰਾ ਸੋ ਹਰ ਕਿਸੇ ਦੇ ਆਪਣੇ ਆਪਣੇ ਹਾਲਾਤ ਹੈ ਇਟਸ ਅ ਮਿਕਸ ਆਫ ਅ ਥਿੰਗ ਸੋ ਐਵਰੀਬਡੀ ਇਹ ਕੈਨੇਡਾ ਦਾ ਰੁਝਾਨ ਜਿਹੜਾ ਵਾ ਇਹ ਡੇ ਬਾਈ ਡੇ ਵੱਧ ਰਿਹਾ ਵਾ ਐਨੀਬਡੀ ਮੈਂ ਸਿਰਫ ਇਹਨੂੰ ਇੱਥੇ ਹੀ ਕੰਕਲੂਡ ਕਰ ਸਕਦਾ ਵਾਂ ਕਿ ਵੀ ਕੋਈ ਵੀ ਸਟੂਡੈਂਟ ਜਿਹੜਾ ਵਾ ਸਟੂਡੈਂਟ ਤੌਰ ਦੇ ਉੱਤੇ ਤੁਹਾਡੀ ਏਜ 25 ਤੋਂ ਘੱਟ ਘੱਟ ਹੈ ਬਿਲਕੁਲ ਰਾਈਟ ਟਾਈਮ ਹੈ ਜੇਕਰ ਬਾਹਰ ਜਾਣ ਦਾ ਡਿਸੀਜਨ ਲੈਂਦੇ ਹੋ ਲੈ ਲਓ ਉਹਦੇ ਬਾਅਦ 'ਚ ਜਦੋਂ ਵੀ ਤੁਸੀਂ ਜਾਂਦੇ ਹੋ ਤਾਂ ਤੁਹਾਡੀ ਜ਼ਿੰਦਗੀ 'ਚ ਸਟਰਗਲਸ ਜਾਂਦੀਆਂ ਹੁੰਦੀਆਂ ਇਸ ਵੇਲੇ ਤੁਸੀਂ ਕੈਨੇਡਾ ਦੀ ਗੱਲ ਹੀ ਕਰ ਰਹੇ ਹੋ ਮੈਂ ਕੈਨੇਡਾ 'ਤੇ ਆ ਜਾਂਦਾ ਕਿ ਇਸ ਵੇਲੇ ਹੁਣ ਜਿਹੜਾ ਫਿਊਚਰ ਕੰਟਰੀ ਹੈ ਫਿਊਚਰ ਵਿਦੇਸ਼ ਜਾਂ ਵਿਲਾਇਤ ਦੀ ਤੁਸੀਂ ਜਿਹੜੀ ਗੱਲ ਕੀਤੀ ਕੈਨੇਡਾ ਹੀ ਰਹਿ ਗਿਆ ਇਸ ਵੇਲੇ ਵਿਲਾਇਤ ਕੈਨੇਡਾ ਆਸਟ੍ਰੇਲੀਆ ਡਿਪੈਂਡ ਹੈ ਕਿ ਵੀ ਅਗੇਨ ਉਹਦੇ ਰੁਝਾਨ ਦੀ ਗੱਲ ਕਰ ਰਿਹਾ ਮੈਂ ਜ਼ਿਆਦਾ ਰੁਝਾਨ ਜਿਹੜਾ ਨੰਬਰ 1 ਦੇ ਉੱਤੇ ਇਸ ਵੇਲੇ ਕੈਨੇਡਾ ਕਿਉਂਕਿ ਖਰਚਾ ਬਹੁਤ ਘੱਟ ਹੈ ਐਂਡ ਸੈਟਲਮੈਂਟ ਰੇਟਸ ਬਹੁਤ ਜ਼ਿਆਦਾ ਹਾਈ ਹੈ ਇਮੀਗ੍ਰੈਂਟ ਕੰਟਰੀ ਹੈ ਨੰਬਰ 2 ਦੇ ਉੱਤੇ ਆ ਜਾਂਦਾ ਵਾ ਆਸਟ੍ਰੇਲੀਆ ਨੰਬਰ 3 ਤੇ ਯੂਕੇ ਆਉਣਾ ਸ਼ੁਰੂ ਹੋ ਗਿਆ ਜਦਕਿ ਯੂਕੇ 5ਵੇਂ ਨੰਬਰ ਦੇ ਉੱਤੇ ਚਲਾ ਗਿਆ ਸੀ 4 ਦੇ ਉੱਤੇ ਆ ਜਾਂਦਾ ਨਿਊਜ਼ੀਲੈਂਡ ਐਂਡ ਯੂਰਪ ਐਂਡ 5th ਦੇ ਉੱਤੇ US ਆਉਂਦਾ ਸੋ ਇਹ ਵਾਲੀਆਂ ਇਸ ਤਰੀਕੇ ਦੇ ਨਾਲ ਰੁਝਾਨ ਹੈ ਜਿਹੜੇ ਬੰਦੇ ਦਾ ਸਭ ਤੋਂ ਪਹਿਲੇ ਟਰਾਈ ਕਰਨਾ ਚਾਹੁੰਦਾ ਆਸਟ੍ਰੇਲੀਆ ਉਹ ਕੈਨੇਡਾ ਨਹੀਂ ਹੁੰਦਾ ਉਹ ਕਹਿੰਦਾ ਚਲੋ ਆਸਟ੍ਰੇਲੀਆ ਲਾ ਲਈਏ ਆਸਟ੍ਰੇਲੀਆ ਨਹੀਂ ਹੁੰਦਾ ਉਹ ਕਹਿੰਦਾ ਚਲੋ ਜੀ ਹੁਣ UK ਲਗਾ ਲਈਏ UK ਨਹੀਂ ਹੁੰਦਾ ਕਹਿੰਦਾ ਨਿਊਜ਼ੀਲੈਂਡ ਜਾਂ ਯੂਰਪ ਕਰ ਦਿਓ ਜੀ ਨਹੀਂ ਹੁੰਦਾ ਕਹਿੰਦਾ ਜੀ US ਕਰ ਦਿਓ ਸੋ ਇਹ ਇਸ ਤਰੀਕੇ ਦੇ ਨਾਲ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਜਿਵੇਂ ਤੁਸੀਂ ਕਹਿ ਰਹੇ ਕਿ ਹੁਣ ਆਉਣ ਵਾਲੇ ਟਾਈਮ 'ਚ ਹੋਰ ਵਧੇਗਾ ਜਿਹੜਾ ਰੁਝਾਨ ਹੈ ਕੈਨੇਡਾ ਨੰਬਰ 1 ਤੇ ਹੈ ਰੁਝਾਨ ਵੀ ਵੱਧ ਰਿਹਾ 40-40 ਸਾਲ ਦੀ ਏਜ ਦੇ ਤੁਸੀਂ ਗੱਲ ਕਹਿ ਰਹੇ ਹੋ ਕਿ ਲੋਕ ਫੈਮਿਲੀ ਲਿਜਾ ਕੇ ਉੱਥੇ ਸੈਟਲ ਹੋਣਾ ਚਾਹੁੰਦੇ ਤਾਂ ਕੈਨੇਡਾ ਨੇ ਕੈਨੇਡੀਅਨ ਗਵਰਨਮੈਂਟ ਨੇ ਜਾਂ ਕੈਨੇਡੀਅਨ ਇਮੀਗ੍ਰੇਸ਼ਨ ਨੇ ਵੀ ਕੋਈ ਸਖਤੀ ਕਰ ਰਹੀ ਹੈ ਇਸ ਚੀਜ਼ ਨੂੰ ਦੇਖਦੇ ਹੋਏ ਕਿਉਂਕਿ ਉਹਨਾਂ ਦੇ ਜੇ ਇਮੀਗ੍ਰੈਂਟ ਕੰਟਰੀ ਤੁਸੀਂ ਕਹਿ ਰਹੇ ਹੋ ਤਾਂ ਪੂਰੇ ਦੁਨੀਆ 'ਚ ਉਹਨਾਂ ਦੇ ਦੇਸ਼ 'ਚ ਜਾ ਰਹੇ ਨੇ ਜੋ ਉਹਨਾਂ ਦਾ ਇਤਿਹਾਸ ਵੀ ਰਿਹਾ ਕੈਨੇਡੀਅਨ ਗਵਰਨਮੈਂਟ ਦਾ ਇਸ ਵੇਲੇ ਪਾਲਿਸੀਜ਼ ਕੀ ਚੱਲ ਰਹੀਆਂ ਨੇ ਪਾਲਿਸੀਜ਼ ਉਹ ਕਹਿੰਦੇ ਕਿ ਜੀ ਸਾਨੂੰ ਜਿੰਨੇ ਇਮੀਗ੍ਰੈਂਟਸ ਅੱਜ ਆ ਰਹੇ ਆ ਸਾਨੂੰ ਇਹਦੀ ਵੈਲਿਊਮ ਡਬਲ ਕਰਨਾ ਅਸੀਂ ਹੋਰ ਜ਼ਿਆਦਾ ਵੈਲਕਮ ਕਰਦੇ ਹਾਂ ਇੱਕ ਸਟੇਟ ਹੈਗੀ ਹੈ ਉੱਥੇ ਪ੍ਰੋਵਿੰਸ ਹੈਗੀ ਹੈ ਨਿਊ ਬ੍ਰੰਸਵਿਕ ਉਹ ਕਹਿੰਦੀ ਹੈ ਜੇਕਰ ਸਾਡੇ ਕੋਲ ਇਮੀਗ੍ਰੈਂਟਸ ਨਹੀਂ ਮਿਲਦੇ ਆ ਅਸੀਂ ਬੈਂਕਰਪਟ ਹੋ ਸਕਦੇ ਹਾਂ ਸੋ ਮਤਲਬ ਕੈਨੇਡਾ ਦੇ ਹਾਲਾਤ ਐ ਨੇ ਉਹ ਚਾਹੁੰਦੇ ਨੇ ਗਿਆਨ ਹਾਂ ਇਹ ਤੁਹਾਡੀ ਗੱਲ ਸੁਣ ਕੇ ਵੇ ਪੰਜਾਬੀਆਂ ਨੇ ਫਿਰ ਹੁਣੇ ਕਰੈਕਟ ਜੇਕਰ ਮੈਂ ਕੈਨੇਡਾ ਦੀ ਓਵਰਆਲ ਟੈਚੀ ਬੰਦ ਹੋ ਜਾਣਗੇ ਫਿਰ ਦੁਬਾਰਾ ਖੁਸ਼ੀ ਦੀ ਗੱਲ ਕਹਿ ਰਹੇ ਤੁਸੀਂ ਤਾਂ ਉਸ ਤੇ ਗੱਲ ਇਹ ਸਾਰਿਆਂ ਨੂੰ ਪਤਾ ਆਨਲਾਈਨ ਐ ਪੁਰਾਣੀਆਂ ਨਿਊਜ਼ ਹੈਗੀਆਂ ਵਾ ਕਿ ਵੀ ਜੇਕਰ ਮੈਂ ਗੱਲ ਕਰਦਾ ਕਿ ਵੀ ਓਵਰਆਲ ਕੈਨੇਡਾ ਦੀ ਇਹ $3,000 ਕਮਾਉਣ ਵਾਲਾ ਬੰਦਾ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਸਟੂਡੈਂਟ $3,000 ਉੱਥੇ ਜਾ ਕਰਕੇ ਕਮਾਉਂ
ਕਿਉਂਕਿ ਉੱਥੇ ਜਿਹੜੇ ਸਿਸਟਮ ਪ੍ਰੋਸੈਸਿਸ ਜਾਂ ਬਾਕੀ ਚੀਜ਼ਾਂ ਵਾ ਇੱਕ ਉਹ ਕਹਿੰਦੇ ਲੋਕ ਕਹਿੰਦੇ ਕਿ ਵੀ ਕੀ ਮਿਲਦਾ ਤੈਨੂੰ ਉੱਥੇ ਜਾ ਕੇ ਯਾਰ ਮੈਨੂੰ ਸਕੂਨ ਮਿਲਦਾ ਮੈਨੂੰ ਕੁਆਲਿਟੀ ਆਫ ਲਾਈਫ ਮਿਲਦੀ ਹੈ ਮੈਨੂੰ ਸਿਕਿਉਰਿਟੀ ਮਿਲਦੀ ਸੋ ਦੀਸ ਕਾਇੰਡ ਆਫ ਥਿੰਗਸ ਜਿਹੜੀਆਂ ਜਦੋਂ ਲੋਕ ਕਹਿੰਦੇ ਆ ਨਾ ਸੋ ਮਤਲਬ ਉਹਦੇ 'ਚ ਹੁੰਦਾ ਕਿ ਚਲੋ ਠੀਕ ਹੈ ਯਾਰ ਕਿ ਵੀ ਜੇਕਰ ਕੋਈ ਵੀ ਬੰਦਾ ਜਾਣਾ ਚਾਹੁੰਦਾ ਉਹ ਜਾ ਸਕਦਾ ਐਂਡ ਐਕਚੁਅਲ ਦੇ ਵਿੱਚ ਕੈਨੇਡਾ ਗਵਰਨਮੈਂਟ ਉਹਨੂੰ ਵੈਲਕਮ ਕਰਾਂਗੀ ਇੰਡੀਆ 'ਚ ਜਾਂ ਪੰਜਾਬ ਦੀ ਗੱਲ ਕਰਾਂ ਕੁਆਲਿਟੀ ਆਫ ਲਾਈਫ ਦੀ ਗੱਲ ਇੱਕ ਕੀ ਲੱਗਦਾ ਤੁਹਾਨੂੰ ਮੇਨ ਰੀਜ਼ਨ ਕੀ ਲੱਗਦਾ ਲੋਕ ਨਹੀਂ ਕੁਆਲਿਟੀ ਆਫ ਲਾਈਫ ਬਣਾ ਪਾਏ ਮੇਨਟੇਨ ਨਹੀਂ ਕਰ ਪਾਏ ਹਵਾ ਅਸੀਂ ਆਪ ਨਹੀਂ ਸਹੀ ਕਰ ਪਾਏ ਕਿ ਸਰਕਾਰਾਂ ਦਾ ਰੋਲ ਜ਼ਿਆਦਾ ਰਿਹਾ ਅਸੀਂ ਡਿਪੈਂਡ ਸਰਕਾਰਾਂ ਤੇ ਹੋ ਜਾਂਦੇ ਹਾਂ ਬੜਾ ਸੌਖਾ ਹੁੰਦਾ ਨਾ ਕਿ ਵੀ ਕਿਸੇ ਨੂੰ ਵੀ ਆਉਂ ਕਰਨਾ ਚਾਹੇ ਉਹ ਸਰਕਾਰ ਹੈ ਚਾਹੇ ਕੋਈ ਹੈ ਕਿ ਤੇਰੀ ਗਲਤੀ ਹੈ ਤੇਰੇ ਕਰਕੇ ਨਹੀਂ ਹੋਇਆ ਇਹ ਸਰਕਾਰਾਂ ਨੂੰ ਬਣਾਉਣ ਦੇ ਵਿੱਚ ਵੀ ਪਬਲਿਕ ਹੀ ਹੈ ਚੀਜ਼ਾਂ ਨੂੰ ਖਰਾਬ ਹਾਂ ਬੈਠੇ ਤਾਂ ਲੋਕ ਹੀ ਉੱਥੇ ਵੀ ਸੋ ਆਪ ਹੀ ਆ ਉਹ ਵੀ ਸਾਡਾ ਹੀ ਹਿੱਸਾ ਅਸੀਂ ਆਪਣੇ ਜੋ ਚੁਣ ਕੇ ਭੇਜਦੇ ਹਾਂ ਜੇਕਰ ਕਹਿ ਦਈਏ ਕਿਸੇ ਨੂੰ ਕਹਿ ਦਿਓ ਨਾ ਕਿ ਵੀ ਗਲੀਆਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਇਹ ਗੱਲ ਕਹਿ ਦਿਓ ਕਿ ਵੀ ਯਾਰ ਤੂੰ ਨਾ ਆਪਣਾ ਪਾਣੀ ਵੇਸਟ ਨਾ ਕਰ ਅੱਗੋਂ ਅੰਦਰੋਂ ਜਵਾਬ ਆਏਗਾ ਤੇਰੇ ਪਿਓ ਦਾ ਤੇਰੇ ਪਿਓ ਦਾ ਬਿੱਲ ਆਉਂਦਾ ਮੈਂ ਜੋ ਮਰਜ਼ੀ ਕਰਾਂ ਸੋ ਇਟਸ ਲਾਈਕ ਵੀ ਵੀ ਆਰ ਨਾਟ ਲੁਕਿੰਗ ਆਫਟਰ ਦਾ ਇਨਵਾਇਰਮੈਂਟ ਕੋਈ ਉੱਤੋਂ ਕੂੜਾ ਦਾ ਲਫਾਫਾ ਸੁੱਟ ਦਿੰਦਾ ਉਹ ਕਹਿੰਦੇ ਯਾਰ ਥੋੜਾ ਧਿਆਨ ਨਾ ਤੈਨੂੰ ਕੀ ਤੂੰ ਆਪ ਧਿਆਨ ਨਾਲ ਤੁਰ ਪਾ ਕੋਈ ਤੁਹਾਡੀ ਗੱਡੀ ਜਾ ਕੇ ਉਹ ਮੋਟਰਸਾਈਕਲ ਮਾਰਦਾ ਲੜਾਈ ਸ਼ੁਰੂ ਹੋ ਜਾਂਦੀ ਭਾਈ ਧਿਆਨ ਨਾਲ ਉਹ ਮਤਲਬ ਇਟਸ ਲਾਈਕ ਵੀ ਇਟਸ ਅਵਰ ਓਨ ਇੰਡੀਵਿਜੁਅਲ ਰਿਸਪੋਨਸਿਬਿਲਿਟੀ ਅਸੀਂ ਉਹੀ ਇਨਸਾਨ ਆ 16 ਘੰਟੇ ਦੀ ਫਲਾਈਟ ਬਾਅਦ ਜਦੋਂ ਅਸੀਂ ਉੱਥੇ ਜਾ ਕਰਕੇ ਬੈਠੇ ਉੱਥੇ ਰਿਸਪੋਨਸਿਬਿਲਿਟੀ ਪੂਰੀ ਫੀਲ ਕਰਦੇ ਨੇ ਆਪਣੀ ਪੂਰੀ ਰਿਸਪੋਨਸਿਬਿਲਿਟੀ ਲੈ ਲੈਣੇ ਕਿ ਭਾਈ ਮੈਨੂੰ ਪਤਾ ਕਿ ਮੇਰਾ 1 ਮਿੰਟ ਚਲਾਨ ਹੋ ਜਾਏਗਾ ਜੇ ਮੈਂ ਘਰ ਦੇ ਬਾਹਰੋਂ ਆਪਣੀ ਜਿਹੜੀ ਡਰਾਈਵੇ ਆ ਉੱਥੋਂ ਜੇਕਰ ਮੈਂ ਬਰਫ਼ ਸਾਫ਼ ਨਹੀਂ ਕੀਤੀ ਸਨੋ ਰਾਤੀ ਪੈ ਗਈ ਸਵੇਰੇ ਉੱਠ ਕੇ ਨਹੀਂ ਸਾਫ਼ ਕੀਤੀ ਕੋਈ ਬੰਦਾ ਤਿਲਕ ਗਿਆ ਮੈਨੂੰ ਮਿਲੀਅਨ ਡਾਲਰ ਦਾ ਵੀ ਸੂ ਕਰ ਦੇਗਾ ਇੱਕ ਡਰ ਹੈ ਬਟ ਇੱਥੇ ਡਰ ਹੋਰ ਤਰੀਕੇ ਦਾ ਇੱਥੇ ਡਰ ਬਾਕੀ ਹੋਰ ਚੀਜ਼ਾਂ ਦਾ ਹੈ ਤੁਹਾਡੇ ਬਿਜ਼ਨਸ 'ਚ ਆਏ ਨੇ ਪਿਛਲੇ 10-15 ਸਾਲਾਂ 'ਚ ਜਿੱਥੇ ਤੁਸੀਂ ਕਹਿ ਰਹੇ ਕਿ ਅਸੀਂ ਲੋਕਾਂ ਨੂੰ ਬਾਹਰ ਭੇਜ ਵੀ ਰਹੇ ਰੁਝਾਨ ਵੀ ਲੋਕਾਂ ਦਾ ਵੱਧ ਜਾਂਦਾ ਹੈ ਲੋਕ ਜਾ ਵੀ ਰਹੇ ਨੇ ਪਰ ਇੱਕ ਤੁਹਾਡੇ ਬਿਜ਼ਨਸ ਇਮੀਗ੍ਰੇਸ਼ਨ ਦੇ ਬਿਜ਼ਨਸ ਨੂੰ ਲੈ ਕੇ ਜਿਹੜੇ ਛੋਟੇ ਏਜੰਟਸ ਨੇ ਲਗਾਤਾਰ ਸਰਕਾਰਾਂ ਨੂੰ ਵੀ ਕਾਨੂੰਨ ਬਣਾਉਣੇ ਪੈ ਗਏ ਬੜਾ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੁਣ ਤੁਹਾਡੇ ਬਿਜ਼ਨਸ ਨੂੰ ਬਿਲਕੁਲ ਇਹੋ ਜਿਹੀ ਸਿਚੁਏਸ਼ਨ ਕਿਉਂ ਲਿਆ ਕਹਿੰਦੀ ਅੱਜ ਤੇ ਮੈਂ ਕਹਿੰਦਾ ਫੇਰ ਬੜੇ ਰਿਸਪੈਕਟਿਡ ਨਜ਼ਰਾਂ ਦੇ ਨਾਲ ਦੇਖਿਆ ਜਾਂਦਾ ਜੇਕਰ ਮੈਂ ਪੁਰਾਣੇ ਜ਼ਮਾਨੇ ਦੀ ਗੱਲ ਕਰਾਂ ਵੈਨ ਆਈ ਸਟਾਰਟਡ ਦਾ ਬਿਜ਼ਨਸ ਮੇਰੀ ਮੇਰੇ ਫਾਦਰ ਦੇ ਨਾਲ 1 ਸਾਲ ਮਤਲਬ ਕਹਿ ਲਓ ਕਿ ਵੀ ਬੋਲਚਾਲ ਬੰਦੇ ਸੀ ਉਹ ਕਹਿੰਦੇ ਯਾਰ ਹੁਣ ਤੂੰ ਜੰਟ ਬਣੇਗਾ ਕਿ ਨਹੀਂ ਜੀ ਵੀ ਠੀਕ ਕਾਰੋਬਾਰ ਹੈ ਜੰਟੀ ਉਸ ਟਾਈਮ ਦੇ ਉੱਤੇ ਹੁੰਦੀ ਸੀ ਕਿ ਵੀ ਜਿਹਨੂੰ ਕਹਿੰਦੇ ਕਿ ਵੀ ਡੌਂਕੀ ਲਵਾਉਣੀ ਜੰਗਲਾਂ ਦੇ ਰਸਤੇ ਲੋਕਾਂ ਨੂੰ ਭੇਜਣਾ ਠੀਕ ਹੈ ਮੈਂ ਕਿਹਾ ਨਹੀਂ ਜੀ ਇਹ ਮਤਲਬ ਜਿਹੜਾ ਵਾ ਕਿ ਸਟੂਡੈਂਟ ਵੀਜ਼ਾ ਦਾ ਕੰਮ ਹੈ ਕੰਸਲਟੈਂਟ ਹੋਗਾ ਵਾ ਕਿ ਵੀ ਏਜੰਟ ਨਹੀਂ ਗਾ ਮੈਨੂੰ ਮੇਰੇ ਫਾਦਰ ਨੂੰ ਸਮਝਾਉਣ ਦੇ ਵਿੱਚ 1 ਸਾਲ ਲੱਗ ਗਿਆ ਅੱਜ ਦੀ ਡੇਟ ਦੇ ਵਿੱਚ ਤੇ ਗਵਰਨਮੈਂਟ ਨੇ ਕਾਨੂੰਨ ਬਣਾਇਆ ਹੈ ਕਿ ਭਈ ਸਾਡੇ ਕੋਲ ਲਾਇਸੈਂਸ ਲਓ ਲਾਇਸੈਂਸ ਲੈ ਕਰਕੇ ਤੁਸੀਂ ਅਪਲਾਈ ਕਰੋ ਐਂਡ ਫਿਰ ਤੁਸੀਂ ਆਪਣਾ ਕਾਰੋਬਾਰ ਕਰੋ ਬਟ ਉਰੇ ਚੱਲਦੇ ਵੀ ਉਹ ਕਹਿੰਦੇ ਨਾ ਕਿ ਜਿਵੇਂ ਮੇਰਾ ਵੀ ਸਵਾਲ ਹੈ ਕਿ ਕੰਸਲਟੈਂਸੀ 'ਚ ਲੱਗਦਾ ਕਿ ਕੰਸਲਟੈਂਸੀ ਦੇ ਨਾਮ ਤੇ ਠੱਗੀ ਨਹੀਂ ਹੋ ਰਹੀ ਹੁਣ ਹੋ ਰਹੀ ਹੈ ਤੁਹਾਡੇ ਹੀ ਜਿਹੜੇ ਮੈਂ ਕਿਉਂਕਿ ਤੁਹਾਡਾ ਆਪਣਾ ਬਿਜ਼ਨਸ ਤੁਹਾਡੀ ਉਹ ਲਾਈਨ ਹੈ ਤੁਹਾਡੇ ਲਾਈਨ 'ਚੋਂ ਠੱਗੀ ਨਹੀਂ ਹੁੰਦੀ ਹੋਊਗੀ ਕੰਸਲਟੈਂਸੀ ਦੇ ਨਾਮ ਤੇ ਬਿਲਕੁਲ 100% ਹੁੰਦੀ ਹੈ ਠੱਗੀ ਬਟ ਠੱਗੀ ਦੇ ਵਿੱਚ ਕਿਵੇਂ ਦੀ ਠੱਗੀ ਹੁੰਦੀ ਹੈ ਅਵੇਅਰ ਕਰੋ ਸਾਡੇ ਦਰਸ਼ਕਾਂ ਨੂੰ ਇਹ ਬੜੀ ਸਿੰਪਲ ਹੈ ਕਿ ਵੀ ਠੱਗੀ ਹੈ ਮੈਂ ਇੱਕ ਕਾਰੋਬਾਰ ਕਰ ਰਿਹਾ ਤੇ ਵਕੀਲ ਹੈ ਡਾਕਟਰ ਹੈ ਕੋਈ ਆਉਂਦੇ ਆ ਕੋਈ ਚੀਜ਼ ਤੁਸੀਂ ਲੈਂਦੇ ਹੋ ਤੇ ਤੁਸੀਂ ਸਾਡੀ ਪ੍ਰੋਬਲਮ ਪਤਾ ਕਿ ਇਸ ਇੰਡਸਟਰੀ ਦੀ ਕਾਫੀ ਲੋਕੀ ਫੀਲਿੰਗ ਬਹੁਤ ਲੈਂਦੇ ਆ ਕਿ ਫੀਲਿੰਗ ਤੋਂ ਮਤਲਬ ਹੈ ਕਿ ਜੀ ਉਹ ਸੁਪਰ ਸਟਾਰ ਨੇ ਲੋਕੀ ਉਹਨਾਂ ਨੂੰ ਦੇਖ ਰਹੇ ਹੋ ਸੈਲੀਬ੍ਰਿਟੀ ਹੋ ਗਏ ਆ ਜੀ ਜਿੱਥੇ ਜਾਂਦੇ ਆ ਲੋਕੀ ਉਹਨਾਂ ਦੀ ਪੁੱਛ ਗਿੱਛ ਕਰਦੇ ਆ ਇਹ ਲੋਕੀ ਫੀਲਿੰਗ ਲੈ ਜਾਂਦੇ ਕਿ ਵੀ 1-2 ਕਰੋੜ ਰੁਪਈਆ ਜਦੋਂ ਕਮਾ ਲੈਂਦੇ ਆ ਤੇ ਇਮੀਡੀਏਟਲੀ ਜਿਹੜਾ ਕਹਿ ਲਓ ਕਿ ਵੀ ਵੱਡੀਆਂ ਕਾਰਾਂ ਜਾਂ ਬ੍ਰਾਂਡਡ ਕਲੋਥ ਦੇ ਉੱਤੇ ਉੱਤਰ ਜਾਂਦੇ ਆ ਕਿਉਂਕਿ ਫੀਲਿੰਗ ਇੱਥੋਂ ਵੀ ਆਉਂਦੀ ਹੈ ਕਿ ਜੀ ਦਫ਼ਤਰ ਅੰਦਰ ਐਂਟਰ ਕਰ ਰਹੇ ਹਾਂ ਅਤੇ ਵੀ 10 ਬੰਦੇ ਕੰਮ ਕਰ ਰਹੇ ਖੜ੍ਹੇ ਹੋ ਰਹੇ ਆ ਸੂਟਾਂ ਵੱਜ ਰਹੀਆਂ ਉਹ ਫੀਲਿੰਗ ਬਹੁਤ ਜ਼ਿਆਦਾ ਆਉਂਦੀ ਹੈ ਐਂਡ ਕਲਾਇੰਟ ਜੀ 10 ਕਲਾਇੰਟ ਵੇਟ ਕਰ ਰਹੇ ਹੈ ਜੀ ਮੈਂ ਕੁਛ ਚੀਜ਼ ਬਣ ਗਿਆ ਸੋ ਪੁਆਇੰਟ ਹੈ ਬੋਟਮ ਲਾਈਨ ਕੀ ਹੈ ਐਕਚੁਅਲ ਦੇ ਵਿੱਚ ਆਪਣੇ ਪੱਲੇ ਭਾਅ ਜੀ ਕੁਛ ਨਹੀਂ ਗਾ ਰਾਈਟ ਐਂਡ ਜਿਹੜਾ ਹੈ ਐਕਚੁਅਲ ਦੇ ਵਿੱਚ ਹੀ ਹੈ ਕਿ ਵੀ ਜਿਹੜਾ ਕਲਾਇੰਟ ਹੈ ਸਾਡਾ ਜਿਹੜਾ ਐਕਸਪੀਰੀਅੰਸ ਹੈ ਜਿਸ ਬੰਦੇ ਦਾ ਜਿੰਨਾ ਐਕਸਪੀਰੀਅੰਸ ਹੈ ਉਹਨੇ ਜਿੰਨੇ ਐਕਸਪੈਰੀਮੈਂਟਸ ਕੀਤੇ ਹੋਏ ਆ ਉਸਨੇ ਤਰੀਕੇ ਦੇ ਨਾਲ ਹੀ ਉਹ ਆਪਣੀ ਜਿਹੜੀ ਹੈਗੀ ਹੈ ਤੁਹਾਡੇ ਸਾਹਮਣੇ ਸਕਸੈਸ ਦਵਾ ਸਕਦਾ ਵਾ ਰਾਈਟ ਬਟ ਜਿਹਦੀ ਕਹਿ ਲਓ ਠੱਗੀ ਠੋਰੀ ਕਿੱਦਾਂ ਹੁੰਦੀ ਹੈ ਇੱਕ ਦਫ਼ਤਰ ਹੈ ਜਿਹੜਾ ਬੰਦਾ ਮੈਂ ਕਹਿੰਦਾ ਮੈਂ ਤਾਂ ਤੁਹਾਨੂੰ ਟੋਕਣਾ ਚਾਹਾਂਗਾ ਮੈਂ ਟੋਕਣਾ ਚਾਹਾਂਗਾ ਅੱਗੇ ਤੁਹਾਨੂੰ ਲੈ ਕੇ ਜਾਵਾਂਗਾ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੀ ਚਮਕ ਦਮਕ ਜਿਹੜੀ ਆ ਗਈ ਇਸ ਬਿਜ਼ਨਸ ਦੇ ਵਿੱਚ ਵੱਡੇ ਵੱਡੇ ਆਫਿਸਿਸ ਬਣ ਗਏ ਵੱਡੇ ਵੱਡੀਆਂ ਗੱਡੀਆਂ ਆਫਿਸਿਸ ਦੇ ਬਾਹਰ ਖੜੀਆਂ ਹੁੰਦੀਆਂ ਮੈਂ ਤਾਂ ਇਹ ਮਹਿਸੂਸ ਕਰਦਾ ਸੀਗਾ ਕਿ ਜਿਹੜੇ ਛੋਟੇ ਛੋਟੇ ਏਜੰਟਸ ਨੇ ਸ਼ਾਇਦ ਕੁਛ ਉਹਨਾਂ 'ਚੋਂ ਕੁਛ ਬੰਦੇ ਇਹੋ ਜਿਹੇ ਨੇ ਜੋ ਠੱਗੀ ਦਾ ਜਿਨ੍ਹਾਂ 'ਤੇ ਆਰੋਪ ਲੱਗਦਾ ਹੈ ਤੁਸੀਂ ਇੱਥੇ ਵੱਡੀ ਗੱਲ ਕਹਿ ਰਹੇ ਹੋ ਕਿ ਜਿਹੜੇ ਵੱਡੇ ਵੱਡੇ ਦਫ਼ਤਰ ਬਣ ਗਏ ਬ੍ਰਾਂਡ ਵੀ ਬਣ ਗਏ ਉੱਥੇ ਵੀ ਠੱਗੀ ਦਾ ਸ਼ਿਕਾਰ ਲੋਕ ਹੋ ਸਕਦੇ ਨੇ ਹੁੰਦੇ ਹੋਏਗੇ ਕਿਉਂਕਿ ਮੈਂ ਕਹਿ ਰਿਹਾ ਕਿ ਉੱਥੇ ਹਰ ਕਿਤੇ ਠੱਗੀ ਹੀ ਵੱਜਦੀ ਹੋਏਗੀ ਚਮਕ ਦਮਕ ਦਿਖਾ ਕੇ ਜ਼ਿਆਦਾ ਵੱਜ ਸਕਦੀ ਹੈ ਜਿੱਥੇ ਉੱਥੇ ਹਰ ਕਿਤੇ ਠੱਗੀ ਵੱਜ ਸਕਦੀ ਹੈ ਹਰ ਕਿਤੇ ਠੱਗੀ ਦਾ ਸ਼ਿਕਾਰ ਹੋ ਸਕਦਾ ਠੱਗੀ ਕਹਿ ਲਓ ਮੇ ਬੀ ਠੱਗੀ ਇਜ਼ ਅ ਨੈਗੇਟਿਵ ਵਰਡ ਲੋਕਾਂ ਦਾ ਪੈਸਾ ਖਰਾਬ ਹੋ ਸਕਦਾ
ਅੱਜ ਦੀ ਡੇਟ ਦੇਖੋ ਪਹਿਲੇ ਇੱਕ ਜ਼ਮਾਨਾ ਹੁੰਦਾ ਸੀਗਾ ਕਿ ਵੀ ਸਟੂਡੈਂਟ ਅਪਲਾਈ ਉਹਨੂੰ ਦਾਖਲੇ ਨਹੀਂ ਸੀ ਮਿਲਦੇ ਕਿਉਂਕਿ ਸਟੂਡੈਂਟ ਪੜ੍ਹੇ ਲਿਖੇ ਘੱਟ ਸੀ। ਅੱਜ ਹਰ ਨੌਜਵਾਨ ਹਰ ਪਿੰਡਾਂ ਵਾਲਾ ਬੰਦਾ ਜਿਹਨੇ ਬਾਹਰ ਜਾਣ ਦੀ ਗੱਲ ਕੀਤੀ ਬਾਰ੍ਹਵੀਂ ਕੀਤੀ ਆ ਆਇਲਸ ਦੇ ਵਿੱਚ 6 ਬੈਂਡ ਹੈਗੇ, ਜਿਸ ਬੰਦੇ ਦੇ ਆਇਲਸ 6 ਬੈਂਡ ਹੈਗੇ ਨਾ ਉਹ ਆਪਣੀ ਔਨਲਾਈਨ ਦਾਖਲਾ ਆਪਣੇ ਆਪ ਲੈ ਸਕਦਾ, ਉਹਨੂੰ ਕਿਸੇ ਏਜੰਟ ਦੀ ਲੋੜ ਨਹੀਂ। ਫਿਰ ਵੀ ਏਜੰਟ ਕੋਲ ਕਿਉਂ ਜਾਂਦੇ ਆ? ਉਹਦਾ ਬੜਾ ਮੇਜਰ ਰੀਜ਼ਨ ਹੈ ਏਜੰਟ ਕੋਲ ਜਾਣ ਦਾ ਕਿ ਯਾਰ ਮੇਰੇ ਮਨ ਦਾ ਇੱਕ ਡਰ ਹੈ ਕਿ ਮੇਰਾ ਕਿਤੇ ਵੀਜ਼ਾ ਰਿਫਿਊਜ਼ ਨਾ ਹੋ ਜੇ, ਜੇ ਵੀਜ਼ਾ ਰਿਫਿਊਜ਼ ਨਾ ਹੋ ਜੇ ਤਦੇ ਉਹ ਏਜੰਟ ਕੋਲ ਜਾ ਰਿਹਾ। ਹੁਣ ਏਜੰਟ ਕੋਲ ਜਦੋਂ ਉਹ ਪਹੁੰਚਦਾ, ਏਜੰਟ ਕਹਿੰਦਾ ਪਹਿਲੇ ਰਸੀਦ ਕਟਾਓ ਜੀ 5000 ਤੋਂ ਲੈ ਕਰਕੇ 25000 ਰੁਪਏ ਹਰ ਕਿਸੇ ਏਜੰਟ ਦਾ ਆਪਣੀ ਆਪਣੀ ਫੀਸ ਹੋਏਗੀ। ਉਹ ਪੈਸੇ ਕਿੱਥੇ ਜਾਂਦੇ ਆ? ਉਹ ਪੈਸੇ ਹੁੰਦੇ ਆ ਦਫ਼ਤਰ ਦਾ ਰੈਂਟ ਹੁੰਦਾ 1-2 ਲੱਖ। ਹੁਣ ਛੋਟਾ ਦਫ਼ਤਰ ਉਹਦਾ 20000 ਰੈਂਟ ਹੈ, ਉਹ ਤੋਂ ਵੱਡਾ ਦਫ਼ਤਰ ਹੋਇਆ 30-35000 ਰੈਂਟ ਹੈ, ਉਹ ਤੋਂ ਵੱਡਾ ਆ 50000 ਰੈਂਟ ਹੈ, ਫਿਰ ਉਹ ਤੋਂ ਵੱਡਾ ਹੈ 1 ਲੱਖ ਹੈ, ਫਿਰ ਕਾਫੀ ਮਲਟੀਪਲ ਆਫਿਸਿਸ ਹੈ ਜੀ 10-12-15 ਲੱਖ ਰੁਪਇਆ ਰੈਂਟਲ ਜਾ ਰਿਹਾ ਜੀ ਬੈਲੈਂਸ ਸ਼ੀਟ ਬੰਦੀ। ਫਿਰ ਦੂਜਾ ਆ ਗਿਆ ਜੀ ਸਟਾਫ, ਹੁਣ ਜੇ ਛੋਟਾ ਦਫ਼ਤਰ ਹੈ ਉੱਥੇ ਸਟਾਫ ਹੈਗਾ ਜੀ 3 ਬੰਦਿਆਂ ਦਾ, ਸੈਲਰੀ ਜਾਏਗੀ 15000 ਰੁਪਏ ਦੇ ਹਿਸਾਬ ਨਾਲ 45000। ਵੱਡਾ ਦਫ਼ਤਰ ਹੈ ਉੱਥੇ 10 ਬੰਦੇ ਆ, ਉਹ ਤੋਂ ਵੱਡਾ ਦਫ਼ਤਰ ਹੈ 20 ਹੈ, 100 ਹੈ 500, 15000 ਰੁਪਇਆ ਇੱਕ ਕਾਉਂਸਲਰ ਦੀ ਤਨਖਾਹ, 15 ਤੋਂ ਲੈ ਕੇ 35000 45000 50000 ਰੁਪਇਆ ਚੰਗਾ ਜਿਹੜਾ ਕਾਉਂਸਲਰ ਹੈ ਉਹ 50000 ਲੱਖ ਰੁਪਇਆ ਮਹੀਨੇ ਦਾ ਆਪਣੇ ਘਰੇ ਲੈ ਕੇ ਜਾਂਦਾ ਹੈ ਕਿ ਵੀ ਜਿਹੜਾ ਇੱਕ ਚੰਗਾ ਕਾਉਂਸਲਰ ਹੈਗਾ ਕਿਉਂਕਿ ਉਹਨੇ ਨੰਬਰ ਆਫ ਵੀਜ਼ਾ ਡਿਲੀਵਰ ਕਰਨੇ ਆ, ਉਹਨੂੰ ਪਤਾ ਹੈ, ਉਹਨੂੰ ਉਹਨੂੰ ਪਤਾ ਹੈ ਕਿ ਵੀ ਮੇਰਾ ਮੇਰੇ ਕੋਲ ਜਿਹੜਾ ਕਲਾਇੰਟ ਆ ਰਿਹਾ ਉਹ ਕੀ ਕਰਨ ਆ ਰਿਹਾ। ਹੁਣ ਉਹੀ ਉਹ ਖਰਚੇ ਆ ਜਾਂਦੇ ਆ, ਸੈਲਰੀਆਂ ਕਿਸੇ ਕੰਪਨੀ ਦੀਆਂ ਛੋਟੀ ਕੰਪਨੀ ਹੈ ਤੇ 1 ਲੱਖ ਰੁਪਏ ਦੀ ਹੈ, ਕੋਈ ਵੱਡੀ ਕੰਪਨੀ ਹੈ 10-20 ਲੱਖ ਰੁਪਏ ਦੀਆਂ, ਇੰਨੀਆਂ ਕੁ ਸੈਲਰੀਆਂ ਘੱਟੋ ਘੱਟ ਨਹੀਂ ਤੇ ਬਣਦੀਆਂ, ਠੀਕ ਹੈ। ਫਿਰ ਤੀਜਾ ਆ ਜਾਂਦਾ ਮੇਜਰ ਜੀ ਜਿਹੜਾ ਖਰਚਾ, ਉਹ ਆ ਜਾਂਦਾ ਐਡਵਰਟੀਜ਼ਮੈਂਟ। ਹੁਣ ਐਡਵਰਟੀਜ਼ਮੈਂਟ ਪਹਿਲੇ ਹੁੰਦੀਆਂ ਸੀ ਅਖਬਾਰਾਂ 3-4, 5-7-8 ਟੀਵੀ ਚੈਨਲ ਹੁੰਦੇ ਸੀਗੇ, ਫੇਸਬੁੱਕ ਵਗੈਰਾ ਕੋਈ ਹੁੰਦਾ ਨਹੀਂ ਸੀ। ਹੁਣ ਫੇਸਬੁੱਕ ਦੇ ਉੱਤੇ ਵੱਖਰੇ ਪੈਸੇ ਜਾਂਦੇ, ਇਹ ਡਿਜੀਟਲ ਜਿਹਨੂੰ ਕਹਿੰਦੇ ਡਿਜੀਟਲ ਮਾਰਕੀਟਿੰਗ, ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਵੱਖਰੇ ਜਾਂਦੇ ਆ, ਪ੍ਰਿੰਟ ਮੀਡੀਆ ਵੱਖਰੇ ਜਾਂਦੇ। ਸੋ ਇਹ ਤਿੰਨਾਂ ਮੀਡੀਆਸ ਦੇ ਉੱਤੇ ਤੁਹਾਡਾ ਐਡਵਰਟੀਜ਼ਮੈਂਟ ਦਾ ਵੀ ਇੱਕ ਬਜਟ ਹੁੰਦਾ, ਹਰ ਕਿਸੇ ਕੰਪਨੀ ਦਾ ਇੱਕ ਡਿਫਰੈਂਟ ਹੈ। ਫਿਰ ਟੋਟਲ ਹੁੰਦਾ, ਉਹ ਤੋਂ ਡਿਵਾਈਡ ਹੁੰਦਾ 25000 ਰੁਪਇਆ ਡਿਵਾਈਡ ਹੁੰਦਾ 5000 ਜੋ ਵੀ ਕਿਸੇ ਦੀ ਪ੍ਰੋਸੈਸਿੰਗ ਹੈ, ਕਿ ਆਹ ਜਿਹੜਾ ਖਰਚਾ ਹੈ ਨਾ ਇਹ ਪ੍ਰੋਸੈਸਿੰਗ ਫੀਸ ਬੁੱਕ ਕਰਕੇ ਲੈ ਕੇ ਆਓ। ਫਿਰ ਉਹ ਦਫ਼ਤਰਾਂ ਜਿਹੜੀਆਂ ਕਾਉਂਸਲਰਸ ਹੁੰਦੀਆਂ ਉਹਨਾਂ ਨੂੰ ਇਨਸੈਂਟਿਵ ਵੀ ਦਿੱਤੇ ਜਾਂਦੇ ਨੇ, ਇਹ ਹੋ ਗਿਆ ਇੱਕ ਤਰੀਕਾ। ਸੋ ਉਹਦੇ 'ਚ ਜੇਕਰ ਕਿਸੇ ਦੇ 100 ਕੇਸ ਇਕੱਠਾ ਹੋ ਗਿਆ, 25000 ਰੁਪਏ ਦੇ ਹਿਸਾਬ ਨਾਲ 25 ਲੱਖ ਰੁਪਇਆ ਅਗਲੇ ਬੰਦੇ ਨੇ ਪ੍ਰੋਸੈਸਿੰਗ ਫੀਸ ਆ ਗਿਆ ਮਹੀਨੇ ਦੀ। ਹੁਣ 25 ਲੱਖ ਦੇ ਜੇ ਉਹਦੇ 20 ਲੱਖ ਖਰਚੇ, 5 ਲੱਖ ਇਨਸੈਂਟਿਵ ਵੀ ਮਿਲਦਾ ਤੇ ਕੋਈ ਨਹੀਂ, ਤੇ ਬਾਹੂ ਉਹਨਾਂ ਨੂੰ ਆਪ ਪੈਸੇ ਕਿੱਥੇ ਆਣੇ ਆ? ਪੈਸੇ ਆਣੇ ਆ ਕਿ ਜਦੋਂ ਵੀਜ਼ੇ ਲੱਗ ਗਏ ਉਹ ਸਾਰੇ ਦੇ ਸਾਰੇ ਟਿਕਿੰਗ ਹੋਣ। ਤੁਹਾਡੇ ਕਹਿਣ ਦਾ ਮਤਲਬ ਪੈਸਾ ਤੇ ਪਹਿਲਾਂ ਹੀ ਆ ਗਿਆ, ਉਹਦੇ 'ਚੋਂ ਹੀ ਟੈਕਸਿਸ ਬੱਜੇ ਜਿਹੜੇ ਕੰਸਲਟੈਂਟ ਆ ਉਹ ਕਰ ਦਿੰਦੇ। ਇਹ ਹੋ ਗਿਆ ਇੱਕ। ਹੁਣ ਇੱਥੇ ਜਿਹੜੇ ਬੰਦੇ ਦਾ ਵੀਜ਼ਾ ਨਹੀਂ ਲੱਗਾ, ਉਹਦੇ ਆਸਾਂ ਜਦੋਂ ਕਾਉਂਸਲਰ ਨੇ ਕੇਸ ਬੁੱਕ ਕਰਨਾ ਹੁੰਦਾ ਨਾ, ਕਿਉਂਕਿ ਉਹਨੇ ਟਾਰਗੇਟ ਪੂਰੇ ਕਰਨਾ, ਉਹਨੇ ਕਹਿਣਾ ਉਹ ਸਰ ਤੁਹਾਡਾ ਜੀ ਆਹ ਕਮੀਆਂ ਹੋ ਜੂਗਾ, ਚਲੋ ਜੀ ਕਰੋ ਜੀ ਕਰੋ ਜੀ ਕਰੇ। ਕਿਉਂ? ਰਸੀਦ ਕੱਟਣੀ ਆ 5000-10000 ਰਾਤੀ ਬੌਸ ਕੋ ਜਾ ਕਰਕੇ ਥਾਪੜੀ ਲੈਣੀ ਹੈ ਕਿ ਓਕੇ ਜੀ ਬਹੁਤ ਵਧੀਆ ਕੰਮ ਕਰ ਰਹੀ ਯਾਰ, ਐਕਸੀਲੈਂਟ ਪਰਫੋਰਮੈਂਸ। ਹੁਣ ਦੂਜਾ ਤਰੀਕਾ ਹੈ ਕਿ ਵੀ ਜਿੱਥੇ ਠੱਗੀ ਨਹੀਂ ਮਾਰ ਸਕਦੀ, ਉਹ ਹੋਗਾ ਕਿ ਭਾਈ ਬੰਦਾ ਕਹਿੰਦਾ ਕਿ ਵੀ ਕੋਈ ਅੰਬੈਸੀ ਦੀ ਫੀਸ ਨਹੀਂ ਦੇਣੀ ਤੂੰ, ਕੋਈ ਉਹ ਮੈਂ ਇਨਵੈਸਟ ਕਰਾਂਗਾ, ਠੀਕ ਹੈ, ਕੋਈ ਪ੍ਰੋਸੈਸਿੰਗ ਫੀਸ ਨਹੀਂ ਦੇਣੀ ਤੂੰ, ਮੇਰੇ ਕੋਲ ਇੱਥੇ ਵੀਜ਼ਾ ਲੈਣ ਲਈ ਆਇਆ, ਐਡਮਿਸ਼ਨ ਲੈਣ ਲਈ ਆਇਆ ਜਿਹਦੀ ਤੂੰ ਆਨਲਾਈਨ ਨਹੀਂ ਕਰ ਸਕਦਾ, ਕਾਰੇ ਪੈਸੇ ਦੇਣੇ, ਜੇ ਕਾਲਜ ਨੇ ਆਫਰ ਲੈਟਰ ਦੀ ਫੀਸ ਮੰਗਣੀ ਤਾਂ ਮੈਂ ਦੇਵਾਂਗਾ, ਤੂੰ ਨਹੀਂ ਦੇਣੀ। ਜੇਕਰ ਗੌਰਮੈਂਟ ਕਹਿੰਦੀ ਹੈ ਕਿ ਭਾਈ ਜੀ ਗਈ ਸੀ ਖਾਤੇ 'ਚੋਂ ਬੱਚੇ ਦੇ ਅਕਾਊਂਟ 'ਚ ਪੈਸੇ ਆਏ, ਮੈਂ ਤੇਰੇ ਖਾਤੇ ਪੈਸੇ ਤੈਨੂੰ ਹੱਥੋਂ ਨਹੀਂ ਦੇ ਸਕਦਾ, ਤੇਰੇ ਤੋਂ ਲਵਾਂਗਾ ਵੀ ਕੋਈ ਨਹੀਂ, ਤੈਨੂੰ ਹੱਥੋਂ ਨਹੀਂ ਦੇ ਸਕਦਾ, ਆਪਣੇ ਖਾਤੇ 'ਚੋਂ ਆਪ ਜਮ੍ਹਾਂ ਕਰਾ ਦੇ। ਜੇ ਗੌਰਮੈਂਟ ਕੋਈ ਕਿਸੇ ਕੰਟਰੀ ਦੀ ਕਹਿੰਦੀ ਹੈ ਕਿ ਵੀ ਬੱਚੇ ਦੇ ਖਾਤੇ 'ਚੋਂ ਫੀਸ ਉੱਥੇ ਮੇਰੇ ਕੋਲ ਬੱਚੇ ਦੇ ਆਪਣੇ ਖਾਤੇ 'ਚੋਂ ਹੀ ਆਉਣੀ ਚਾਹੀਦੀ, ਮੈਂ ਨਹੀਂ ਕਰਾ ਸਕਦਾ, ਤੈਨੂੰ ਕਰਾਉਣੀ ਪੈਣੀ। ਫਿਰ ਠੱਗੀ ਵੱਜਦੀ ਆਸਟ੍ਰੇਲੀਆ ਦੇ ਵਿੱਚ ਜੀ ਫੰਡਾਂ ਦੇ ਨਾਮ ਦੇ ਉੱਤੇ, ਇਹ ਤਾਂ ਹੋ ਗਿਆ ਇੱਕ। ਦੂਜਾ ਇੱਕ ਹੋਰ ਚੰਕ ਆਉਂਦਾ ਵਾ, ਇਹ ਕੋਈ ਰੈਵਨਿਊ ਮਾਡਲ ਹੈ, ਉਹ ਹੈਗਾ ਵਾ ਕਿ ਵੀ ਬੱਚਿਆਂ ਦੇ ਜਦੋਂ ਫੰਡ ਸ਼ੋਅ ਕਰਾਉਣੇ ਆ, ਕਾਫੀ ਕੰਸਲਟੈਂਟ ਉਹ ਕਹਿੰਦੇ ਜੀ ਅਸੀਂ ਕੋਈ ਫੀਸ ਨਹੀਂ ਲੈਂਦੇ, ਕੋਈ ਪ੍ਰੋਸੈਸਿੰਗ ਫੀਸ ਨਹੀਂ ਲੈਂਦੇ, ਉਹ ਫੰਡਾਂ ਦੇ ਵਿੱਚੋਂ ਆਪਣੇ ਪੈਸੇ ਪੂਰੇ ਕਰ ਲੈਂਦੇ ਗਏ, ਠੀਕ ਹੈ। ਹੁਣ ਉਹਦੇ ਵਿੱਚ ਦੂਸਰੇ ਤਰੀਕੇ ਦੇ ਇਹ ਵੀ ਕੰਸਲਟੈਂਟ, ਉਹ ਕਹਿੰਦੇ ਜੇ ਵੀਜ਼ਾ ਨਹੀਂ ਲੱਗਾ ਨਾ, ਜੇਕਰ ਤੇਰਾ ਕੋਈ ਵੀ ਨੁਕਸਾਨ ਹੋਇਆ ਮੇਰੇ ਕੋਲ ਆ ਕੇ ਪੈਸੇ ਲੈ ਲਈ, ਤੂੰ ਪੈਸੇ ਨਹੀਂ ਕੋਈ ਦੇਣੇ, ਠੀਕ ਹੈ। ਤੀਸਰੇ ਤਰੀਕੇ ਦਾ ਹੋਰ ਇੱਕ ਰੈਵਨਿਊ ਮਾਡਲ ਹੁੰਦਾ, ਉਹ ਹੁੰਦਾ ਜਦੋਂ ਬੰਦੇ ਨੇ ਫੀਸ ਟ੍ਰਾਂਸਫਰ ਕਰਾਉਣੀ ਹੈ ਨਾ, 1 ਰੁਪਏ ਤੋਂ ਲੈ ਕੇ 2-3-4 ਰੁਪਏ IBR ਰੇਟ ਦੇ ਉੱਤੇ ਵੀ ਉਹਦੇ ਕੋਲ ਪੈਸੇ ਲਿੱਤੇ ਜਾਂਦੇ ਆ, ਉਹ ਵੀ ਕੰਪਨੀ ਕੋਲੋਂ ਡਾਇਰੈਕਟ ਕੰਪਨੀ ਦੇ ਖਾਤੇ ਦੇ ਵਿੱਚ ਚੈੱਕ ਆਉਂਦਾ। ਸੋ ਇਸ ਤਰੀਕੇ ਦੇ ਰੈਵਨਿਊ ਮਾਡਲਸ ਬਣੇ ਹੋਏ ਕਿ ਵੀ ਜਿੱਥੇ ਇੱਕ ਆਮ ਬੰਦਾ ਜਦੋਂ ਉਹਦਾ ਵੀਜ਼ਾ ਰਿਫਿਊਜ਼ ਹੋ ਜਾਂਦਾ, ਉਹ ਬੈਠ ਕੇ ਸੋਚਦਾ ਯਾਰ ਮੇਰਾ ਟੋਟਲ ਖਰਚਾ ਕਿੰਨਾ ਹੋ ਗਿਆ, ਮੇਰੀ ਫੀਸ ਬਾਹਰੋਂ ਕੱਟ ਕੇ ਆਈ, ਐਕਚੁਅਲ ਟੋਟਲ ਕਿੰਨਾ ਖਰਚਾ ਹੋ ਗਿਆ। ਸੋ ਕੈਲਕੂਲੇਟ ਕਰਦਾ ਵਾ ਖਰਚਾ, ਕਰਦੇ ਕਰਾਉਂਦੇ ਬੰਦੇ ਦਾ 1-1.5 ਲੱਖ, 2-4 ਲੱਖ ਖਰਚਾ ਹੁੰਦਾ। ਅਤੇ ਇੱਕ ਉਹ ਬਜ਼ੁਰਗ ਆਦਮੀ ਜਿਹਨੇ ਪੂਰੀ ਜ਼ਿੰਦਗੀ ਦੀ ਪੂੰਜੀ 15-20 ਲੱਖ ਰੁਪਇਆ ਸੀ, ਉਹ 'ਚੋਂ ਬੱਚਾ ਬਾਹਰ ਭੇਜਣਾ ਸੀ, ਉਹਦਾ 4 ਲੱਖ ਨੁਕਸਾਨ ਹੋ ਗਿਆ। ਹੁਣ ਉਹਦੇ ਕੋਲ ਬਚ ਗਿਆ 15-16 ਲੱਖ, ਉਹ ਕਿੱਥੇ ਜਾਏਗਾ? ਉਹ ਹਰ ਕੋਈ ਬੰਦਾ ਲੱਭੇਗਾ ਯਾਰ ਚਲੋ ਹੁਣ ਭੇਜ ਦਿਓ ਬੱਚਾ, ਕੋਈ ਪ੍ਰੋਬਲਮ ਵਾਲੀ ਚੀਜ਼ ਨਹੀਂ।
ਇਸ ਤਰੀਕੇ ਦੇ ਨਾਲ ਏਜੰਟ ਜਿਹੜਾ ਹੈ ਇਮੀਗ੍ਰੇਟ ਕੰਸਲਟੈਂਟ ਹੈ ਉਹ ਕਦੀ ਘਾਟੇ 'ਚ ਨਹੀਂ ਹੈ, ਚਾਹੇ ਬੰਦਾ ਵੀਜ਼ਾ ਆਏ ਉਹ ਪ੍ਰੋਫਿਟ 'ਚ ਹੀ ਜਾ ਰਿਹਾ ਜਾਂ ਤਾਂ ਉਹ ਬਰਾਬਰ 'ਚ ਨਹੀਂ ਹੈ। ਬਿਲਕੁਲ ਤੁਸੀਂ ਤੁਹਾਡੀ ਵੀ ਤੁਸੀਂ ਇੱਕ ਵੱਡੀ ਕੰਪਨੀ ਰਨ ਕਰ ਰਹੇ ਹੋ, ਤੁਸੀਂ ਤੁਹਾਡੀ ਵਰਕਿੰਗ ਕੀ ਹੈ? ਮੈਂ ਤਾਂ ਦੇਖਦਾ ਤੁਹਾਡੇ ਵੀ ਜਿਵੇਂ ਮੈਂ ਗੱਲ ਕੀਤੀ ਤੁਸੀਂ ਵੀ ਐਡਵਰਟਾਈਜ਼ਮੈਂਟ 'ਚ ਤਾਂ ਤੁਸੀਂ ਬਹੁਤ ਧਿਆਨ ਦਿੰਦੇ ਹੋ, ਤੁਸੀਂ ਵੀ ਵੱਡੇ ਵੱਡੇ ਹੋਰਡਿੰਗ ਲਵਾਉਂਦੇ ਹੋ, ਚੰਗੇ ਪੈਸੇ ਤੁਸੀਂ ਵੀ ਖਰਚਦੇ ਹੋ, ਫਿਰ ਤੁਸੀਂ ਸੋਚਿਆ ਕਿ ਮੈਂ ਸੋਚ ਬਦਲਾਂ? ਨਹੀਂ, ਕਿਉਂ, ਮੇਰੇ ਨੰਬਰ ਆਫ ਵੀਜ਼ਾ ਤੇ ਫੋਕਸ ਹੈ ਨਾ, ਮੈਂ ਬਹੁਤ ਕਲੀਅਰ ਹਾਂ ਕਿ ਵੀ ਸਟੂਡੈਂਟ ਦਾਖਲੇ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਜੋ ਪ੍ਰੈਸ਼ਰ ਰੈਗੂਲਾਈਜੇਸ਼ਨ ਹੋਣੀ ਚਾਹੀਦੀ ਹੈ, ਫਿਰ ਕੋਈ ਕਿ ਜਾਂ ਤੁਸੀਂ ਆਪਸ ਵਿੱਚ ਸਾਰੇ ਜਿਹੜੇ ਵੱਡੇ ਇਮੀਗ੍ਰੈਂਟਸ ਨੇ ਉਹ ਮਿਲ ਕੇ ਕੋਈ ਐਸੋਸੀਏਸ਼ਨ ਹੋਵੇ, ਕਿਉਂਕਿ ਕਾਨੂੰਨੀ ਤਾਂ ਨਹੀਂ ਹੋ ਸਕਦਾ, ਕੋਈ ਐਸੋਸੀਏਸ਼ਨ ਹੋਵੇ ਕਿ ਜਿਸ ਤਰ੍ਹਾਂ ਦੀ ਠੱਗੀ ਹੋ ਰਹੀ ਹੈ, ਤੁਸੀਂ 4-5 ਜਿਹੜੇ ਵੱਡੇ ਇਮੀਗ੍ਰੈਂਟਸ ਹੋ ਜੋ ਕੰਸਲਟੈਂਟਸ ਹੋ ਉਹ ਰੋਕ ਸਕਦੇ ਨੇ, ਰੈਗੂਲਰਾਈਜ਼ ਕਰ ਸਕਦੇ ਨੇ, ਲੋਕਾਂ ਨੂੰ ਬਚਾ ਸਕਦੇ ਨੇ। ਨਹੀਂ, ਉਹ ਲੋਕਾਂ ਨੂੰ ਬਚਾਉਣ ਵਾਸਤੇ ਹੀ ਤਾਂ ਤੁਹਾਡੇ ਨਾਲ ਇੱਥੇ ਬੈਠਾ ਕਿ ਵੀ ਲੋਕਾਂ ਨੂੰ ਅਸੀਂ ਅਵੇਅਰ ਕਰ ਰਹੇ ਹਾਂ ਕਿ ਭਾਈ ਤੁਸੀਂ ਕੀ ਚੀਜ਼ ਦਾ ਖਿਆਲ ਰੱਖੋ, ਕੀ ਚੀਜ਼ ਦਾ ਨਾ ਖਿਆਲ ਰੱਖੋ। ਠੀਕ ਹੈ ਕਿ ਵੀ ਤੁਸੀਂ ਇੱਦਾਂ ਵੀ ਬਿਨਾਂ ਪੈਸੇ ਦਿੱਤੇ ਤੁਸੀਂ ਵੀਜ਼ਾ ਲੈਣ ਚੱਲੇ ਹੋ, ਕੰਸਲਟੈਂਟ ਕੋਲ ਆਫਰ ਲੈਟਰ ਲੈਣ ਚੱਲੇ, ਤੁਸੀਂ ਪੈਸੇ ਉਦੋਂ ਦਿਓ ਜਿੱਦਣ ਵੀਜ਼ਾ ਲੱਗ ਜੂਗਾ। ਇਹ ਬਚਾਉਣ ਵਾਲਾ ਹੀ ਕੰਮ ਹੈ। ਹੁਣ ਹਰ ਕਿਸੇ ਦਾ ਆਪਣੀ ਇੱਕ ਸਟਰੈਟਜੀ ਹੈ। ਤੁਸੀਂ ਕੋਈ ਵੀ ਵੱਡਾ ਬ੍ਰਾਂਡ ਚੁੱਕ ਲਓ, ਤੁਸੀਂ ਚਾਹੇ ਇਹ ਕੋਲਗੇਟ ਚੱਕ ਲਓ, ਤੁਸੀਂ ਚਾਹੇ ਉਹ ਆਪਣਾ ਜਿਹੜਾ ਵਾ ਕੋਈ ਹੋਰ ਬਥੇਰੀਆਂ, ਇਹ ਜਿੱਦਾਂ ਕਹਿ ਲਓ ਕਿ ਵੀ ਇੱਦਾਂ ਦੀਆਂ ਡੈਂਟਲ ਵੀ ਉਹ ਹੈਗੀਆਂ ਵੈ, ਟੁੱਥਪੇਸਟ, ਉਹਨਾਂ ਨੂੰ ਚੁੱਕ ਲਓ। ਹਰ ਕਿਸੇ ਦਾ ਡਿਫਰੈਂਟ ਡਿਫਰੈਂਟ ਪ੍ਰਾਈਜ਼ ਹਰ ਕਿਸੇ ਦੇ। ਉਹੀ ਇੱਕ ਬੈਲਟ ਇੱਥੋਂ ਰੈਣਕ ਬਾਜ਼ਾਰ ਤੋਂ ਜਾਂ ਅੰਮ੍ਰਿਤਸਰ ਦੇ ਲੰਡੇ ਬਾਜ਼ਾਰ ਤੋਂ ਇਹ 250 ਰੁਪਏ ਦੀ ਮਿਲਦੀ ਹੈ। ਉਹਦੇ 'ਤੇ ਹੀ ਅੱਗੇ ਸੈਲਵਾਟੋਰੇ ਦਾ ਜੇਕਰ ਅੱਗੇ ਉਹ ਅੱਗੇ ਲੱਗ ਜੇ, ਬੱਕਲ ਲੱਗ ਜੇ, ਤਾਂ 25,000 ਰੁਪਏ ਦੀ ਹੋ ਜਾਂਦੀ ਹੈ, ਜਾਂ ਲੂਈ ਵਿਟੋਨ ਤੋਂ ਲੱਗ ਜੇ 25,000 ਦੀ ਹੁੰਦੀ। ਹਰ ਕਿਸੇ ਦਾ ਆਪਣਾ ਇੱਕ ਪ੍ਰੋਡਕਟ ਹੈ, ਆਪਣੇ ਤਰੀਕੇ ਨਾਲ ਵੇਚਣਾ। ਯੈਸ, ਪਰ ਇੱਥੇ ਮੈਂ ਨੀਡ ਇਹ ਹੈ ਕਿ ਵੀ ਸਟੂਡੈਂਟ ਵੀਜ਼ਾ ਲੈਣ ਆ ਰਿਹਾ, ਐਡਮਿਸ਼ਨ ਲੈਣ ਆ ਰਿਹਾ, ਔਰ ਕੋ ਪਹਿਲੇ ਕੋਈ ਪੈਸਾ ਨਹੀਂ ਲਿੱਤਾ ਜਾਣਾ ਚਾਹੀਦਾ। ਔਰ ਇਹ ਸਟੂਡੈਂਟ ਨੂੰ ਆਪ ਅਵੇਅਰ ਹੋਣਾ, ਆਪ ਤਗੜੇ ਹੋਣ ਦੀ ਲੋੜ ਹੈ। ਮੈਂ ਪਹਿਲੇ ਪੈਸੇ ਨਹੀਂ ਦੇਣੇ, ਮੇਰੇ ਕੋਲ ਬਾਅਦ 'ਚ ਭਾਵੇਂ ਵੱਧ ਲੈ ਲਾ, ਮੈਨੂੰ ਕੋਈ ਸਮੱਸਿਆ। ਤੁਹਾਡੀ ਵਰਕਿੰਗ ਕਿਵੇਂ ਦੀ ਹੈ? ਸਾਡੀ ਵਰਕਿੰਗ ਹੈ ਸਾਰੇ ਦੇ ਸਾਰੇ। ਤੁਸੀਂ ਪ੍ਰੋਸੈਸਿੰਗ ਫੀਸ ਵਗੈਰਾ ਕੋਈ ਚਾਰਜ ਨਹੀਂ ਕਰਦੇ ਪਹਿਲੇ? ਕਦੀ ਵੀ ਕੋਈ ਪ੍ਰੋਸੈਸਿੰਗ ਫੀਸ ਨਹੀਂ। ਯੂਕੇ ਦੇ ਵਿੱਚ ਮੈਂ ਇਹ ਚੀਜ਼ ਸ਼ੁਰੂ ਕੀਤੀ ਸੀ, ਨੋ ਵਿਨ ਨੋ ਫੀਸ। ਲੋਕਾਂ ਨੇ ਇਸ ਚੀਜ਼ ਦਾ ਨਾ ਪਹਿਲੇ ਬੜਾ ਮਜ਼ਾਕ ਉਡਾਇਆ, ਅੱਛਾ ਨਾ ਜਿੱਤੋਗੇ ਤੇ ਨਾ ਇਹ ਕੋਈ ਫੀਸ ਲੱਗਣੀ ਗਿਆ। ਮੈਂ ਕਿਹਾ ਕੋਈ ਗੱਲ ਨਹੀਂ ਜੀ, ਮਜ਼ਾਕ ਉਡਾਇਆ, ਚਲੋ। ਅੱਜ ਲੋਕਾਂ ਨੇ ਉਸੇ ਚੀਜ਼ ਨੂੰ ਫੋਲੋ ਕਰ ਲਿਆ। ਹਰ ਬਹੁਤ ਸਾਰੇ ਕੰਸਲਟੈਂਟ ਐਂਡ ਐਪਰੀਸ਼ੀਏਟ ਕਰਾਂਗਾ ਜਿਹੜੇ ਜਿਹੜੇ ਬੰਦਿਆਂ ਨੇ ਇਹਨੂੰ ਕਾਪੀ ਕੀਤਾ। ਤੁਹਾਡੇ ਖਰਚੇ ਕਿਵੇਂ ਨਿਕਲਦੇ ਨੇ ਫਿਰ? ਕਿਉਂਕਿ ਵੀਜ਼ਾ ਦੇ ਉੱਤੇ ਫੋਕਸ ਹੈ ਨਾ ਕਿ ਵੀ ਪਤਾ ਕਿ ਵੀ ਮਹੀਨੇ ਦਾ 40 ਵੀਜ਼ੇ, 50 ਵੀਜ਼ੇ, 100 ਵੀਜ਼ਾ, 10 ਵੀਜ਼ੇ, ਜਿੰਨੀਆਂ ਐਪਲੀਕੇਸ਼ਨਸ ਹੈਗੀ ਉਹਦਾ ਇੱਕ ਸਕਸੈਸ ਰੇਟ ਮੇਨਟੇਨ ਕਰਨਾ। ਆਪਣੇ ਜਿੰਨਾ ਵੀ ਸਟਾਫ ਬੈਠਾ ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਜਿਹੜਾ ਰੋਜ਼ੀ ਰੋਟੀ ਚੱਲ ਰਹੀ ਹੈ, ਦੈਟ ਇਜ਼ ਵੀਜ਼ਾਸ ਤੋਂ ਚੱਲ ਰਹੀ ਹੈ। ਜੇਕਰ ਤੁਸੀਂ ਵੀਜ਼ਾ ਨਹੀਂ ਕਰਾਓਗੇ, ਤੁਹਾਡਾ ਨਹੀਂ ਕੋਈ ਵੀ ਅੱਗੇ ਸਿਸਟਮ ਚੱਲ ਸਕਦਾ। ਹੁਣ ਮੈਂ ਵੀਜ਼ਾ ਆ ਕੇ ਕੰਸਲਟੈਂਸੀ 'ਚ ਜਦੋਂ ਤੁਹਾਡੇ ਕਾਉਂਸਲਰ ਕੋਲ ਜਾਂਦੇ, ਇੱਥੇ ਵੀ ਇੱਕ ਸ਼ੱਕ ਦੀ ਨਿਗਾਹ ਦੇਖਿਆ ਜਾਂਦਾ ਕਾਉਂਸਲਰਸ। ਸਪੋਜ਼ ਮੈਂ ਕੋਈ ਕਾਮਰਸ ਬੈਕਗਰਾਉਂਡ ਤੋਂ ਆ, ਮੈਂ ਅੱਗੇ ਅਪਲਾਈ ਕਰ ਰਿਹਾ, ਮੈਂ ਕਿਸੇ ਹੋਰ ਪ੍ਰੋਫੈਸ਼ਨਲ ਕੋਰਸ ਵੱਲ ਜਾ ਰਿਹਾ, ਅਤੇ ਕਹਿ ਦਿੱਤਾ ਜਾਂਦਾ ਕਾਉਂਸਲਰਸ ਵੱਲੋਂ ਜਾਂ ਕੰਸਲਟੈਂਟਸ ਵੱਲੋਂ ਕਿ ਤੁਹਾਡਾ ਵੀਜ਼ਾ ਪੱਕਾ। ਪਰ ਹੁੰਦਾ ਕਿ ਉੱਥੇ ਜਿਹੜੀ ਕੰਟਰੀ 'ਚ ਜਾਣਾ ਚਾਹੁੰਦੇ ਜਾਂ ਕੈਨੇਡਾ ਦੀ ਗੱਲ ਹੀ ਕਰਦੇ ਹਾਂ, ਉੱਥੋਂ ਦੀ ਉਹ ਉੱਥੇ ਓਪਨਿੰਗਸ ਹੀ ਨਹੀਂ ਹੁੰਦੀਆਂ, ਉੱਥੇ ਕੋਰਸਿਸ ਹੀ ਨਹੀਂ ਹੁੰਦੇ, ਉੱਥੇ ਕਾਲਜ ਅਵੇਲੇਬਲ ਨਹੀਂ ਹੁੰਦੇ, ਜਾਂ ਉਹਦੀ ਵੀਜ਼ਾ ਪਾਲਿਸੀ ਨਹੀਂ ਹੁੰਦੀ। ਉਹ ਇਹੋ ਜਿਹੇ ਕੇਸ ਕਿਉਂ ਪੈਦਾ ਹੋ ਰਹੇ ਨੇ? ਇਹੋ ਜਿਹੇ ਕੇਸਾਂ 'ਚ ਕਿੱਦਾਂ ਬਚਣਾ ਚਾਹੀਦਾ? ਉਹ ਪ੍ਰੋਬਲਮ ਸਿਰਫ ਉੱਥੇ ਹੈ ਜਿਹੜੀ ਵਿਚਾਰੀ ਕਾਉਂਸਲਰ 15-20 ਹਜ਼ਾਰ 'ਤੇ ਨੌਕਰੀ ਕਰ ਰਹੀ ਹੈ, ਉਹ ਆਪ ਇੱਥੋਂ ਕਹਿ ਲਓ ਕਿ ਵੀ ਦਬੁਰਜੀ ਪੁੱਲ ਨਹੀਂ ਟੱਪੀ, ਉਹ ਕੈਨੇਡਾ ਭੇਜਣ ਦੇ ਜਾਂ ਕੋਰਸਿਸ ਦੀ ਗੱਲ ਕਰਦੀ ਹੈ, ਅਤੇ ਉੱਥੇ ਸਟੂਡੈਂਟ ਨੂੰ ਆਪ ਹੀ ਸਮਝ ਜਾਣਾ ਚਾਹੀਦਾ ਕਿ ਪਹਿਲਾਂ ਕੁਸ਼ਚਨ ਹੀ ਪੁੱਛ ਲੈਣਾ ਚਾਹੀਦਾ, ਮੈਡਮ ਜੀ ਤੁਸੀਂ ਮੇਰੀ ਕਰੀਅਰ ਕਾਉਂਸਲਿੰਗ ਕਰਦੇ ਪਏ, ਆਪ ਕਿੰਨੀ ਕੁ ਵਾਰੀ ਗਏ ਹੈਗੇ, ਜਾਂ ਜਿਹੜਾ ਇੱਥੋਂ ਦਾ ਮਾਲਕ ਹੈ ਕਿ ਉਹ ਆਪ ਬਾਹਰ ਰਹਿੰਦਾ ਕਿ ਇੱਥੇ ਰਹਿੰਦਾ ਵਾ, ਕਿ ਵੀ ਕਿੰਨੀ ਕੁ ਨੌਲੇਜ ਹੈ ਤੁਹਾਡੀ, ਟ੍ਰੇਨਿੰਗ, ਚਲੋ ਛੱਡੋ ਤੁਸੀਂ ਬਾਹਰ ਨਹੀਂ ਗਏ, ਤੁਹਾਡੀ ਟ੍ਰੇਨਿੰਗ ਹੀ ਕਿਸ ਤਰੀਕੇ ਹੁੰਦੀ ਹੈ, ਇਹ ਥੋੜ੍ਹਾ ਜਿਹਾ ਦੱਸ ਦਿਓ। ਸੋ ਉਹ ਗੱਲ ਹੋਈ ਹੈ ਕਿ ਲੋਕਾਂ ਨੂੰ ਆਪ ਅਵੇਅਰ ਹੋਣ ਦੀ ਲੋੜ ਹੈ। ਅੱਜ ਕੱਲ੍ਹ ਔਨਲਾਈਨ ਸਾਰੀਆਂ ਚੀਜ਼ਾਂ ਅਵੇਲੇਬਲ ਹੈ, ਕੋਈ ਇੱਕ ਅੱਧਾ ਕੇਸ ਹੁੰਦਾ ਕਿ ਵੀ ਜਦੋਂ ਪੱਟੀ ਸਾਹਿਬ ਜੇ ਇੱਥੇ ਕਾਉਂਸਲਰ ਕੋਈ ਕਰ ਰਿਹਾ, ਜੇ ਇੱਥੇ ਕਿਸੇ ਨੂੰ ਜੋਬ ਮਿਲ ਰਹੀ, ਰੋਜ਼ਗਾਰ ਮਿਲ ਰਹੀ ਹੈ, ਉਹ ਤੋਂ ਵੀ ਤੁਸੀਂ ਸੰਤੁਸ਼ਟ ਨਹੀਂ ਹੋ ਜੇ ਕੋਈ ਹੁਣ ਕਰੀਅਰ ਦੀ ਗੱਲ ਕਰ ਰਿਹਾ? ਨਹੀਂ, ਹੁੰਦੇ ਆਪਾਂ ਵੀ ਪੁੱਛ ਲਓ ਟ੍ਰੇਨਿੰਗ ਕਿੱਦਾਂ ਦੀ ਹੈ। ਇੱਕ ਬੰਨੇ ਅਸੀਂ ਕਹਿੰਦੇ ਪਏ ਕਿ ਵੀ ਲੋਕਾਂ ਨੂੰ ਅਵੇਅਰ ਕਰੀਏ, ਦੂਜੇ ਬੰਨੇ ਹੁਣ ਤੁਹਾਡੇ ਹਿਸਾਬ ਨਾਲ ਜਿਹੜਾ ਕਾਉਂਸਲਰ ਹੋਣਾ ਚਾਹੀਦਾ, ਜਿਹੜਾ ਕਾਉਂਸਲਰ ਹੋਣਾ ਚਾਹੀਦਾ ਉਹ ਮੈਂਡੇਟਰੀ ਹੋਣਾ ਚਾਹੀਦਾ ਕਿ ਵਿਦੇਸ਼ਾਂ ਦਾ ਉਹਨੂੰ ਦੌਰਾ ਵੀ ਕੀਤਾ ਹੋਵੇ, ਉਹਨੂੰ ਪਤਾ ਹੋਣਾ ਚਾਹੀਦਾ ਜਾਂ ਨਾ ਕੀਤਾ ਹੋਵੇ, ਕਿ ਵੀ ਮੈਂਡੇਟਰੀ ਹੋਣਾ ਚਾਹੀਦਾ ਕਿ ਭਈ ਉਹਦੀ ਟ੍ਰੇਨਿੰਗ ਉੱਥੋਂ ਦੇ ਇੰਸਟੀਟਿਊਟ ਵੱਲੋਂ ਹੋ ਰਹੀ ਹੈ ਜਿਹਨੂੰ ਉਹ ਪ੍ਰਮੋਟ ਕਰ ਰਿਹਾ, ਜਾਂ ਜਿਹੜਾ ਉਹਨਾਂ ਦਾ ਕੰਪਨੀ ਦਾ ਓਨਰ ਆ ਆਪ ਇੰਸਟੀਟਿਊਟ ਦੇ ਵਿੱਚ ਗਿਆ, ਉੱਥੋਂ ਦੇ ਹਾਲਾਤਾਂ ਬਾਰੇ ਪਤਾ, ਔਰ ਆ ਕਰਕੇ ਐਜ਼ ਇਟ ਇਜ਼ ਸਿਨੈਰੀਓ ਆਪਣੇ ਸਟਾਫ ਨੂੰ ਟ੍ਰੇਨਿੰਗ ਦੇ ਰਿਹਾ, ਫਿਰ ਕਦੀ ਵੀ ਪ੍ਰੋਬਲਮ ਨਹੀਂ ਆਏਗੀ। ਦੂਸਰੀ ਚੀਜ਼ ਜਿਹੜੀ ਹੈ ਕਿ ਵੀ ਕੋਰਸਿਸ ਉੱਥੇ ਅਵੇਲੇਬਿਲਿਟੀ ਨਾ ਹੋਣਾ, ਜਦੋਂ ਸਟੂਡੈਂਟ ਉੱਥੇ ਜਾਂਦਾ ਵਾ ਔਨਲਾਈਨ ਇੱਥੋਂ ਆਪਣਾ ਚੈੱਕ ਕਰਕੇ ਜਾਵੇ ਕਿ ਅਵੇਲੇਬਿਲਿਟੀ ਹੈ, ਕਿਸੇ ਟਾਈਮ ਇਹ ਹੁੰਦਾ ਔਰ ਹੁੰਦਾ ਰਹੇਗਾ ਵੀ, ਕਿਉਂਕਿ ਸਟੂਡੈਂਟ
ਤੁਹਾਡੇ ਹਾਲਾਤ ਠੀਕ ਨਹੀਂ, ਐਮਬੈਸੀ ਨੇ ਵੀਜ਼ਾ ਨਹੀਂ ਦਿੱਤਾ, ਉਹ ਅਗਲੇ ਇਨਟੇਕ 'ਚ ਡੈਫਰ ਹੋਏਗਾ। ਪ੍ਰੋਬਲਮ ਇੱਥੇ ਸਾਡੀ ਵੀ ਹੈ ਨਾ, ਸਾਡੀ ਵੀ ਹੈ ਕਿ ਵੀ ਅਸੀਂ 3 ਮਹੀਨੇ ਹੋਰ ਵੇਟ ਕਰਨ ਨੂੰ ਤਿਆਰ ਨਹੀਂ, ਕਹਿੰਦੇ ਹੁਣੇ ਅਭੀ ਜਾਣਾ। ਸੋ ਜਿਸ ਕਰਕੇ ਉੱਥੇ ਜਾ ਕੇ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ। ਮੈਂ ਤੁਸੀਂ ਇੰਸਟੀਟਿਊਟ ਦੀ ਗੱਲ ਕੀਤੀ, ਇੰਸਟੀਟਿਊਟ ਆਇਲਸ ਇੰਸਟੀਟਿਊਟ ਤੋਂ ਜਦੋਂ ਆਪਾਂ ਸ਼ੁਰੂਆਤ ਕੀਤੀ, ਲਗਾਤਾਰ ਹਰ ਜਗ੍ਹਾ ਹੋਰਡਿੰਗਸ ਲੱਗੇ ਨੇ, ਇਹ ਆਇਲਸ ਇੰਸਟੀਟਿਊਟਸ ਔਰ ਇਹ ਮਰਜ ਕਿਵੇਂ ਹੋ ਗਏ ਇਮੀਗ੍ਰੇਸ਼ਨ ਦਾ ਕੰਸਲਟੈਂਸੀ? ਇਹ ਵੀ ਬੜਾ ਵਪਾਰ ਚੱਲ ਪਿਆ ਕਿ ਜੋ ਆਇਲਸ ਕਰ ਰਹੇ ਨੇ ਉਹੀ ਬਾਹਰ ਵੀ ਭੇਜ ਰਹੇ ਨੇ। ਫਾਊਂਡੇਸ਼ਨ ਹੈ ਨਾ ਆਇਲਸ, ਆਇਲਸ ਇਜ਼ ਅ ਫਾਊਂਡੇਸ਼ਨ, ਜਿੰਨੇ ਬਾਹਰ ਜਾਣਾ ਹੈ ਇਹ ਤੋਂ ਇੱਕ ਸਟੈਪ ਹੋਰ ਪਿੱਛੇ। ਬਸ ਜੇ ਇੱਕ ਪਾਸੇ ਇੰਸਟੀਟਿਊਟ ਆਪਾਂ ਉਹਨੂੰ ਇੰਸਟੀਟਿਊਟ ਮੰਨੀਏ, ਆਇਲਸ ਸਿਖਾਉਣ ਵਾਲੇ ਨੂੰ ਜੇ ਤੁਸੀਂ ਆਇਲਸ ਸਿਖਾ ਰਹੇ ਹੋ, ਉਹ ਇੱਕ ਇੰਸਟੀਟਿਊਟ ਹੈ ਜਾਂ ਉਹ ਇੱਕ ਏਜੰਟ ਬਣ ਚੁੱਕੇ ਨੇ? ਕੋਚਿੰਗ ਸੈਂਟਰ ਹੈ, ਬਟ ਸਾਡੀ ਸਰਕਾਰ ਵੱਲੋਂ ਜਿਹੜੀ ਰੈਗੂਲੇਸ਼ਨ ਆਈ ਹੈ ਉਹ ਕਿਹਾ ਚਾਹੇ ਤੁਸੀਂ ਆਇਲਸ ਦਾ ਪੜ੍ਹਾਉਣਾ ਨਿਆਣਿਆਂ ਨੂੰ ਜਾਂ ਤੁਸੀਂ ਬਾਹਰ ਭੇਜਣ ਦਾ ਕੰਮ ਕਰਨਾ, ਤੁਹਾਨੂੰ ਦੋਵਾਂ ਸੂਰਤਾਂ ਦੇ ਵਿੱਚ ਲਾਇਸੈਂਸ ਲੈਣਾ ਹੀ ਪਏਗਾ। ਸੋ ਇਸ ਕਰਕੇ ਜਿਹੜਾ ਵਾ ਕਿ ਵੀ ਆਇਲਸ, ਤੁਹਾਡੀ ਨਿਗਾਹ 'ਚ ਇੱਦਾਂ ਦਾ ਕੋਈ ਹੈ ਕਿ ਜੋ ਆਇਲਸ ਵੀ ਕਰਾ ਰਹੇ ਨੇ ਔਰ ਆਇਲਸ ਕਰਾਉਣ ਤੋਂ ਬਾਅਦ ਜੋ ਸ਼ਾਇਦ ਉਹ ਇੰਨੇ ਜਿੱਦਾਂ ਤੁਸੀਂ ਤਾਂ ਫਾਰਮਲੀ ਪੂਰਾ ਰੂਲਸ ਐਂਡ ਰੈਗੂਲੇਸ਼ਨਸ ਨਾਲ ਕੰਮ ਕਰ ਰਹੇ ਹੋਵੋਗੇ, ਕਈ ਜਗ੍ਹਾ 'ਤੇ ਕਈ ਏਜੰਟਸ ਇਹੋ ਜਿਹੇ ਵੀ ਨੇ ਜੋ ਇਸ ਤਰ੍ਹਾਂ ਦੇ ਰੂਲਸ ਨੂੰ ਫੋਲੋ ਨਹੀਂ ਕਰ ਰਹੇ ਆ, ਆਇਲਸ ਦੇ ਬਹਾਨੇ ਪੈਸਾ ਵੀ ਹੇਟ ਰਹੇ ਨੇ, ਉਹ ਫਿਰ ਉਹੀ ਗੱਲ ਹੈ ਕਿ ਚੋਰੀ ਵੀ ਹੋ ਰਹੀ ਹੈ, ਠੱਗੀ ਵੀ ਹੋ ਰਹੀ ਹੈ। ਨਹੀਂ, ਆਇਲਸ ਇੱਕ ਕੋਚਿੰਗ ਦਾ ਇੱਕ ਸਿਸਟਮ ਹੈ, ਕੋਚਿੰਗ ਸੈਂਟਰਸ ਆ, ਆਇਲਸ ਦੇ ਨਾਮ 'ਤੇ ਕੋਈ ਵੀ ਠੱਗੀ ਹੁੰਦੀ ਨਹੀਂ, ਰਾਈਟ। ਹੁਣ ਜੇਕਰ ਕੋਈ ਸਟੂਡੈਂਟ ਕੋਲੋਂ ਆਇਲ ਸੈਂਟਰ, ਬਹੁਤ ਇੱਦਾਂ ਦੇ ਆਇਲ ਸੈਂਟਰਸ ਹੈ ਜਿਨ੍ਹਾਂ ਨੇ ਨਾਲ ਦੇ ਨਾਲ ਆਪਣਾ ਇਹ ਵਾਲਾ ਬਾਹਰ ਭੇਜਣ ਦਾ ਵੀ ਆਪਣਾ ਇੱਕ ਵਿੰਗ ਸ਼ੁਰੂ ਕੀਤਾ, ਬਟ ਐਕਚੁਅਲ ਦੇ ਵਿੱਚ ਕੋਈ ਵੀ ਬੰਦਾ ਸਕਸੈਸਫੁਲ ਨਹੀਂ ਹੋ ਪਾਇਆ, ਕਿਉਂਕਿ ਜਿਹੜਾ ਬਾਹਰ ਭੇਜ ਰਿਹਾ ਉਹਦੀ ਆਪਣੀ ਇੱਕ ਐਕਸਪਰਟੀਜ਼ ਹੈ, ਉਹ ਆਇਲਸ ਨਹੀਂ ਪੜ੍ਹਾ ਸਕਦਾ। The agent or consultant cannot be a educationist, and an educationist cannot be a consultant. ਇਹੀ ਸਵਾਲ ਸੀ ਮੇਰਾ। ਸੋ ਜਿਹੜੇ ਗਏ ਆਇਲ ਸੈਂਟਰ ਵਾਲੇ, ਉਹ ਇੱਕ ਸਕਸੈਸਫੁਲ ਏਜੰਟ ਨਹੀਂ ਬਣ ਪਾਉਂਦੇ ਜਾਂ ਉਹ ਕੰਸਲਟੈਂਟ ਨਹੀਂ ਬਣ ਪਾਉਂਦੇ। ਲੋਕਾਂ ਨੂੰ ਬਚਣਾ ਚਾਹੀਦਾ, ਜਿਹੜੇ ਕੰਸਲਟੈਂਟ ਬਚਣਾ ਕੀ ਚਾਹੀਦਾ? ਲੋਕੀ ਜਾ ਕਰਕੇ ਆਇਲ ਸੈਂਟਰ ਕਰਦੇ ਆ, ਆਇਲਸ ਦੇ ਵਿੱਚ ਆਪਣੀ ਕੋਚਿੰਗ ਲੈਂਦੇ ਆ, ਐਂਡ ਉਹ ਮੇਰਾ ਕਹਿੰਦਾ 5 ਜਾਂ 10% ਹੀ ਉਹਨਾਂ ਦੀ ਕਨਵਰਜਨ ਰੇਟ ਹੁੰਦੀ, ਬਾਕੀ ਸਟੂਡੈਂਟ ਆਪਣੀ ਮਰਜ਼ੀ ਦਾ ਮਾਲਕ ਆ, ਉਹ ਹਰ ਕਿਤੇ ਜਾ ਕਰਕੇ ਆਪਣਾ ਕਿਤੇ ਵੀ ਅਪਲਾਈ ਕਰਦਾ। ਜਦੋਂ ਇਹ ਬਹੁਤ ਟਾਈਮ ਪਹਿਲੇ 7-8 ਸਾਲ ਪਹਿਲੇ ਹੁੰਦਾ ਸੀ, ਲੋਕਾਂ ਦਾ TRF ਰੱਖ ਲਿਆ ਜਾਂਦਾ ਸੀ ਉਹਨੇ, ਹੁਣ ਸਟੂਡੈਂਟ ਬਹੁਤ ਸਿਆਣਾ, ਹੁਣ ਸਟੂਡੈਂਟ ਆਪਣਾ ਆਨਲਾਈਨ TRF ਕੱਢ ਲੈਂਦਾ, ਉਹਨੂੰ ਕਿਸੇ ਦੀ ਲੋੜ ਨਹੀਂ, ਉਹਦੀ ਮਰਜ਼ੀ ਹੈ, ਉਹ ਬਾਈ ਚੋਇਸ ਅਪਲਾਈ ਕਰਦਾ। ਸੋ ਇਹਦੇ ਵਿੱਚ ਅਜੇ ਕੋਈ ਵੀ ਮੈਂ ਉਹ 'ਚ ਨੁਕਸ ਨਹੀਂ ਦੇਖਦਾ ਕਿ ਐਵਰੀਥਿੰਗ ਇਜ਼ ਫਾਈਨ, ਕਿ ਵੀ ਉਹ ਜੇਕਰ ਕੋਈ ਬੰਦਾ ਕਰ ਸਕਦਾ ਕਿਉਂਕਿ ਉਹਨੇ ਲਾਇਸੈਂਸ ਲਿੱਤਾ ਹੋਇਆ ਵਾ, ਗਵਰਨਮੈਂਟ ਨੇ ਆਪ ਲਾਇਸੈਂਸ ਦਿੱਤਾ ਕਿ ਵੀ ਤੁਸੀਂ ਅਪਲਾਈ ਕਰੋ। ਆਖਰੀ ਸਵਾਲ ਹੈ ਕਿ ਜਿਵੇਂ ਹੁਣ ਤੁਸੀਂ ਗੱਲ ਆਪਾਂ ਕਰ ਰਹੇ ਲਗਾਤਾਰ ਲੰਬੇ, ਤੁਹਾਡਾ ਵੀ ਐਕਸਪੀਰੀਅੰਸ ਬੜਾ ਲੰਬਾ ਹੈ ਰੈਗੂਲਰਾਈਜੇਸ਼ਨ, ਕਿਉਂਕਿ ਜਿਵੇਂ ਜਿਵੇਂ ਵਪਾਰ ਵੱਧਦਾ ਜਾ ਰਿਹਾ, ਆਪਾਂ ਗੱਲ ਇਹ ਵੀ ਕੀਤੀ ਕਿ ਸ਼ੱਕ ਦੀ ਨਿਗਾਹ ਨਾਲ ਵੀ ਤੁਹਾਡੇ ਵਪਾਰ ਨੂੰ ਦੇਖਿਆ ਜਾਂਦਾ, ਠੱਗ ਵੀ ਕਿਹਾ ਜਾਂਦਾ, ਚੋਰ ਵੀ ਕਿਹਾ ਜਾਂਦਾ ਤੁਹਾਡੇ ਵਪਾਰ 'ਚ ਕਈ ਲੋਕਾਂ ਨੂੰ, ਇਹ ਤੁਸੀਂ ਹੁਣ ਤੁਸੀਂ ਕੀ ਸਮਝਦੇ ਹੋ ਕਿਵੇਂ ਰੈਗੂਲਰਾਈਜ਼ ਹੋਣਾ ਚਾਹੀਦਾ ਹੈ, ਕੀ ਹੋਰ ਰੂਲਸ ਦੀ ਜਿਹੜੀ ਹੈ ਲੋੜ ਹੈ ਇਸ ਵੇਲੇ ਤੁਹਾਡੇ ਬਿਜ਼ਨਸ 'ਤੇ, ਰੈਗੂਲਰਾਈਜ਼ ਕਿਵੇਂ ਹੋਣਾ ਚਾਹੀਦਾ, ਸਰਕਾਰਾਂ ਨੂੰ ਹੋਰ ਕਿਵੇਂ ਨਕੇਲ ਕਸਣੀ ਚਾਹੀਦੀ? ਆਲਰੇਡੀ ਰੈਗੂਲਰਾਈਜ਼ਡ ਹੈ, ਇਹਦੇ ਵਿੱਚ ਸਿਰਫ ਇੱਕੋ ਚੀਜ਼ ਹੈ, ਸਟੂਡੈਂਟ ਨੂੰ ਆਪ ਅਵੇਅਰ ਜਾਂ ਆਪਣੇ ਆਪ ਨੂੰ ਪੱਕਾ ਕਰਨਾ ਪੈਣਾ ਕਿ ਭਾਈ ਜਿੱਥੋਂ ਮਰਜ਼ੀ ਵੀਜ਼ਾ ਲਵਾ ਲਓ, ਮੈਂ ਪਹਿਲੇ 54 ਨਹੀਂ ਦੇਣੀ, ਬਾਅਦ 'ਚੋਂ ਮੇਰੇ ਕੋਲ ਤੁਸੀਂ ਲੱਖ ਦੀ ਬਜਾਏ 2 ਲੱਖ ਲੈ ਲਓ, ਪਹਿਲੇ 1-54 ਵੀ ਨਹੀਂ ਦਊਂਗਾ, ਸਾਰੇ ਪੈਸੇ ਦਊਂਗਾ ਵੀਜ਼ੇ ਤੋਂ ਬਾਅਦ, ਆਪਣੇ ਆਪ ਠੱਗੀਆਂ ਬੰਦ ਹੋਈਆਂ। ਠੱਗੀ ਕਿੱਥੇ? ਇਹਦੇ 'ਚ ਕੋਈ ਸਰਕਾਰ ਦਾ ਵੀ ਰੋਲ ਹੋ ਸਕਦਾ, ਕੋਈ ਪ੍ਰਸ਼ਾਸਨ ਦਾ ਵੀ ਰੋਲ ਹੋ ਸਕਦਾ ਕਿ ਇੱਦਾਂ ਗਵਰਨਮੈਂਟ ਪ੍ਰੋਸੈਸਿੰਗ ਫੀਸ ਲਓ ਹੀ ਨਾ? ਕਦੀ ਵੀ ਗਵਰਨਮੈਂਟ ਕਿਸੇ ਵੀ ਬਿਜ਼ਨਸ ਦੇ ਵਿੱਚ ਇਹ ਇੰਟਰਫੇਅਰ ਨਹੀਂ ਕਰ ਸਕਦੀ ਕਿ ਤੁਸੀਂ ਆਪਣੇ ਕਾਰੋਬਾਰ ਦੇ ਪ੍ਰੋਟੋਕੋਲ ਕਿਸ ਤਰੀਕੇ ਦੇ ਬਣਾਓਗੇ। ਅੱਜ ਤੱਕ ਕੋਈ ਵੀ ਸਰਕਾਰ ਕਿਸੇ ਵੀ ਬਿਜ਼ਨਸ ਨੂੰ ਪ੍ਰੋਟੋਕੋਲ ਨਹੀਂ ਅਸਾਈਨ ਕਰ ਸਕਦੀ, ਹਰ ਕਿਸੇ ਵਪਾਰ ਦਾ ਕਰਨ ਦਾ ਸਿਸਟਮ ਉਹ ਵਪਾਰੀ ਦੇ ਆਪਣੇ ਹੱਥ 'ਚ ਹੈ ਕਿ ਉਹਨੇ ਆਪਣੇ ਧੰਦੇ ਨੂੰ ਕਿਸ ਤਰੀਕੇ ਚਲਾਉਣਾ ਹੈ, ਉੱਥੇ ਗਾਹਕ ਨੇ ਵੜਨਾ ਕਿ ਨਹੀਂ ਵੜਨਾ ਉਹ ਗਾਹਕਾਂ ਦੇ ਹੱਥ ਦੇ ਵਿੱਚ। ਤੁਸੀਂ ਆਪ ਵੀ ਕਦੀ ਸੋਚਦੇ ਕਿ ਤੁਸੀਂ ਜਿਹੜੇ, ਮੈਂ ਪਹਿਲਾਂ ਵੀ ਸਵਾਲ ਕੀਤਾ ਸੀਗਾ ਕਿ ਜਿਹੜੇ ਵੱਡੇ ਕੰਸਲਟੈਂਟਸ ਨੇ ਉਹ ਕਦੀ ਇਕੱਠੇ ਹੋਣ, ਐਸੋਸੀਏਸ਼ਨ ਉਹਨਾਂ ਦੀ ਕੋਈ ਐਸੋਸੀਏਸ਼ਨ ਹੋਵੇ, ਕੋਈ ਵਧੀਆ ਕੰਮ ਕਰਨ, ਲੋਕਾਂ ਨੂੰ ਬਚਾਇਆ ਜਾ ਸਕੇ ਠੱਗੀ ਤੋਂ? ਬੜੇ ਦਾ ਬੜਾ ਬਹੁਤ ਵੱਡੀ ਇੰਡਸਟਰੀ ਕੰਮ ਨਹੀਂ ਆਉਂਦੀ, ਕੋਈ ਬਹੁਤ ਵੱਡੀ ਇੰਡਸਟਰੀ ਹੋ ਚੁੱਕੀ ਹੈ, ਕਿਸੇ ਕੋਲ ਵੀ ਇਹਨਾਂ ਚੀਜ਼ਾਂ ਵਾਸਤੇ ਸਮਾਂ ਨਹੀਂ ਹੈ, ਗੱਲ ਉੱਥੇ ਹੀ ਆ ਜਾਂਦੀ ਹੈ, ਕੋਈ ਕਿਸੇ ਦੇ ਘਰੇ ਨਹੀਂ ਜਾ ਰਿਹਾ, ਅੱਜ ਦੇ ਘਰੇ ਬੈਠ ਕੇ ਦੇਖ ਰਿਹਾ, ਇਹਨਾਂ ਨੇ ਜਿਸ ਦਿਨ ਠਾਣ ਲਈ ਨਾ ਕਿ 54 ਪੈਸੇ ਨਹੀਂ ਦੇਵਾਂਗੇ ਪਹਿਲੇ, ਸਾਰੇ ਵੀਜ਼ਾ ਤੋਂ ਬਾਅਦ ਦੇਵਾਂਗੇ, ਸਭ ਕੁਝ ਚੇਂਜ ਹੋ ਜਾਏਗਾ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਇਹ ਸਨ ਗੁਰਿੰਦਰ ਭੱਟੀ, ਜਿਨ੍ਹਾਂ ਨੇ ਪੰਜਾਬੀਆਂ ਨੂੰ ਜਾਂ ਜੋ ਦੇਸ਼ 'ਚ ਲੋਕ ਨੇ ਜੋ ਬਾਹਰ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਸਾਫ਼ ਅਪੀਲ ਕੀਤੀ ਹੈ ਕਿ ਇੱਕ ਬੜਾ ਟੈਕਨੀਕਲ ਪੁਆਇੰਟ ਦੱਸਦੇ ਪਏ ਨੇ, ਲਗਾਤਾਰ ਪ੍ਰਚਾਰ ਵੀ ਕਰਦੇ ਨੇ ਕਿ ਪ੍ਰੋਸੈਸਿੰਗ ਫੀਸ ਤੁਸੀਂ ਕੋਈ ਪੈਸਾ ਨਾ ਦਿਓ, ਜਾਂ ਤਾਂ ਜੇ ਤੁਸੀਂ ਬਾਹਰ ਜਾ ਰਹੇ ਹੋ, ਇਹਨਾਂ ਨੇ ਇਹ ਵੀ ਦੱਸਿਆ ਕਿ ਕਿਹੜੀ ਉਮਰ ਤੱਕ ਤੁਹਾਨੂੰ ਔਰ ਕਿੰਨਾ ਫਾਈਨੈਂਸ਼ਲੀ ਜੇ ਤੁਸੀਂ ਸਟਰੋਂਗ ਹੋ, ਤੁਹਾਨੂੰ ਆਪਣੇ ਦੇਸ਼ 'ਚ ਰਹਿਣਾ ਚਾਹੀਦਾ, ਆਪਣੇ ਦੇਸ਼ ਦੀ ਜਿਹੜੀ ਕੁਆਲਿਟੀ ਲਾਈਫ ਹੈ ਉਹਨੂੰ ਸੁਧਾਰਨਾ ਚਾਹੀਦਾ, ਇੱਥੇ ਆਪਾਂ ਆਪਣੇ ਦੇਸ਼ ਨੂੰ ਸੁਧਾਰੀਏ, ਆਪਣੇ ਪੰਜਾਬ ਨੂੰ ਸੁਧਾਰੀਏ, ਬਾਵਜੂਦ ਇਸ ਦੇ ਜੇ ਤੁਸੀਂ ਬਾਹਰ ਜਾਣਾ ਵੀ ਚਾਹੁੰਦੇ ਹੋ, ਤਾਂ ਉਹ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਧਿਆਨ 'ਚ ਰੱਖਣੀ ਚਾਹੀਦੀਆਂ। ਦੇਖਦੇ ਰਹੋ ਦੈਨਿਕ ਸਵੇਰਾ TV। ਸਾਰੀ ਸਾਰੀ ਰਾਤ ਕਿਣਾ ਮੈਂ।